ਫ੍ਰਿਜ ਨੂੰ ਤਾਂ ਬਿਲਕੁਲ ਇੱਕ ਪਾਸੇ ਜਿਹਾ ਨੂੰ ਜਾ ਕੇ ਇੱਕ ਬਹੁਤ ਵੱਡਾ ਫਾਰਮ ਹਾਊਸ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਫਾਰਮ ਦੇ ਮਾਲਕਾਂ ਦੇ ਜਿਹੜੇ ਉਹ ਦਿਲ ਬੜੇ ਵੱਡੇ ਨੇ। ਹੁਣ ਸਾਰਿਆਂ ਨੂੰ ਤੁਹਾਡਾ ਫਾਰਮ ਨਜ਼ਰ ਆਉਣਾ, ਤੁਹਾਡੀਆਂ ਕਾਰਾਂ ਨਜ਼ਰ ਆਉਣੀਆਂ, ਘਰ ਨਜ਼ਰ ਆਉਣਾ। ਜਦੋਂ ਨਵੇਂ ਨਵੇਂ ਆਏ ਸੀ ਉਦੋਂ ਵੀ ਸਾਰਾ ਕੁਛ ਨਾਲ ਹੀ ਲੈ ਕੇ ਆਏ ਸੀ ਪਿੱਛੋਂ ਕਿ ਹੌਲੀ ਹੌਲੀ ਬਣਾਇਆ, ਪਹਿਲਾਂ ਕੰਮ ਕਰ ਕੀ ਕੀਤੇ? ਜਿਸ ਦਿਨ ਆਏ ਸੀ ਉਸ ਦਿਨ ਤਾਂ ਅਸੀਂ ਵੀ $20 ਲੈ ਕੇ ਇੱਥੇ ਆਏ ਸੀ। ਤੁਸੀਂ ਇੰਗਲੈਂਡ ਦੇ ਜੰਪ ਵੱਲੋਂ ਅਮਰੀਕਾ ਦੇ ਵਿੱਚ ਹੀ ਰਹੇ ਹੋ, 2018-19 ਦੇ ਵਿੱਚ ਹੀ ਪਹਿਲੀ ਵਾਰੀ ਪੰਜਾਬ ਗਏ ਹੋ। ਸਾਗ ਖਾਧਾ ਕਦੀ, ਪਰੌਂਠੇ ਖਾਧੇ ਕਦੀ, ਕਿ ਬਰਗਰ ਪੀਜ਼ਾ ਹੀ ਖਾਂਦੇ ਹੋ? ਇਹਨੂੰ ਪਾਣੀ ਚਾਹੀਦਾ ਵੀ ਆ, ਬੁੱਲ ਗਿੱਲੇ ਚਾਹੀਦੇ ਆ, ਪਰ ਢਿੱਡ ਨਹੀਂ ਭਰਨਾ ਜ਼ਿਆਦਾ ਚਾਹੀਦਾ। ਪਹਿਲਾਂ ਡਰਾਈਵਰ ਇੱਦਾਂ ਦੇ ਸੀ, ਉਹਨਾਂ ਨੂੰ ਤਾਂ ਇਹ ਨਹੀਂ ਸੀ ਪਤਾ ਲੱਗਦਾ ਵੀ ਜਿਹੜੀ ਸਕੇਲ ਆ ਉਹ ਕਲੋਜ਼ ਆ ਕਿ ਓਪਨ ਆ, ਪੜ੍ਹ ਨਹੀਂ ਸਕਦੇ। ਉਹਨਾਂ ਨੂੰ ਕਹਿਣਾ ਵੀ ਚਾਰ ਅੱਖਰਾਂ ਦੇ ਵਿੱਚ ਓਪਨ ਹੋਣੀ ਆ ਜੀ ਅਤੇ ਪੰਜਾਂ ਛੇ ਕਲੋਜ਼ ਹੋਣੀ ਆ। ਲੋੜ ਕੀ ਸੀ ਤੁਹਾਨੂੰ ਇਹ ਦੱਸਣ ਦੀ? ਫੋਨ ਲੱਗਾ, ਫੋਨ ਦੇ ਉੱਤੇ ਨੈਵੀਗੇਸ਼ਨ ਲੱਗੀ, ਆਪੇ ਹੀ ਉਹ ਦੱਸੀ ਜਾਂਦੇ ਕਿ ਹੁਣ ਭਾਈ ਐਨੂੰ ਮੁੜ ਜਾਓ, ਬੋਲ ਕੇ ਵੀ ਦੱਸੀ ਜਾਂਦੇ, ਤੁਹਾਨੂੰ ਕਿਉਂ ਦੱਸਣਾ ਪੈਂਦਾ ਸੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਵੇਲੇ ਅਸੀਂ ਅਮਰੀਕਾ ਦੀ ਧਰਤੀ 'ਤੇ ਹਾਂ। ਅਮਰੀਕਾ ਦੀ ਧਰਤੀ ਦਾ ਉਹ ਇਲਾਕਾ ਜਿਹੜਾ ਸੁੱਕੇ ਮੇਵਿਆਂ ਦੇ ਲਈ ਮਸ਼ਹੂਰ ਹੈ, ਅਮਰੀਕਾ ਦੀ ਧਰਤੀ ਦਾ ਉਹ ਇਲਾਕਾ ਜਿੱਥੋਂ ਸਾਰੇ ਅਮਰੀਕਾ ਨੂੰ ਅਤੇ ਕੈਨੇਡਾ ਦਾ ਵੀ ਇੱਕ ਬਹੁਤ ਵੱਡੇ ਹਿੱਸੇ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਜਿਹੜਾ ਖੇਤਾਂ ਦੇ ਵਿੱਚ ਪੈਦਾ ਹੁੰਦਾ ਉਹ ਸਪਲਾਈ ਕੀਤਾ ਜਾਂਦਾ, ਅਤੇ ਪੰਜਾਬੀਆਂ ਨੇ ਇੱਥੇ ਹੱਡ ਭੰਨਵੀਂ ਮਿਹਨਤ ਕੀਤੀ, ਤਰੱਕੀ ਜਿਹੜੀ ਹੈ ਉਹਦੇ ਸਿਖਰ ਨੂੰ ਛੋਇਆ। ਅਸੀਂ ਇਸ ਵੇਲੇ ਫ੍ਰਿਜ਼ਨੋ ਦੇ ਵਿੱਚ ਹਾਂ। ਫ੍ਰਿਜ਼ਨੋ ਦੇ ਬਿਲਕੁਲ ਇੱਕ ਪਾਸੇ ਜਿਹਾ ਨੂੰ ਜਾ ਕੇ ਇੱਕ ਬਹੁਤ ਵੱਡਾ ਫਾਰਮ ਹਾਊਸ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਫਾਰਮ ਦੇ ਮਾਲਕਾਂ ਦੇ ਜਿਹੜੇ ਉਹ ਦਿਲ ਬੜੇ ਵੱਡੇ ਨੇ। ਅਤੇ ਅਸੀਂ ਅੱਜ ਤੁਹਾਨੂੰ, ਕਿਉਂਕਿ ਜਦੋਂ ਤੁਸੀਂ ਸੰਤਰਿਆਂ ਦੇ ਬੂਟੇ ਪਿੱਛੇ ਦੇਖ ਰਹੇ ਹੋਵੋਗੇ ਤਾਂ ਤੁਹਾਨੂੰ ਐਂ ਲੱਗਦਾ ਕਿ ਭਾਈ ਪੰਜਾਬ ਦੇ ਵਿੱਚ ਹੀ ਕਿਤੇ ਬੈਠੇ ਹਾਂ, ਅਤੇ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਤੋਂ ਵੀ ਇਹ ਮਹਿਸੂਸ ਨਹੀਂ ਹੋਊਗਾ ਕਿ ਤੁਸੀਂ ਵਿਦੇਸ਼ੀ ਧਰਤੀ 'ਤੇ ਹੋ। ਸਾਡੀਆਂ ਗੱਲਾਂ ਬਾਤਾਂ ਤੋਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੋਂ ਇਲਾਵਾ ਵੀ ਜਦੋਂ ਤੁਸੀਂ ਕੰਮ ਕਰਨ ਦਾ ਢੰਗ ਤਰੀਕਾ ਦੇਖੋਗੇ, ਮਿਹਨਤ ਕਰਨ ਦਾ ਢੰਗ ਤਰੀਕਾ ਦੇਖੋਗੇ, ਤਾਂ ਇੱਕੋ ਜਿਹਾ ਹੀ ਤਕਰੀਬਨ ਜਿਹੜਾ ਉਹ ਨਜ਼ਰ ਆਵੇਗਾ। ਇਸ ਵੇਲੇ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ? ਬਹੁਤ ਵਧੀਆ ਜੀ, ਬਾਗੋ ਬਾਗ ਤੁਹਾਡੇ ਸਾਰੇ ਭਰਾਵਾਂ ਦੇ ਦਰਸ਼ਨ ਕਰਕੇ ਠੀਕ ਹੈ। ਅਤੇ ਅਸੀਂ ਆਪਣੇ ਆਪ ਨੂੰ ਅੱਜ ਵਡਭਾਗੇ ਸਮਝਦੇ ਹਾਂ ਕਿ ਤੁਸੀਂ ਬਹੁਤ ਦੂਰੋਂ ਕੈਨੇਡਾ ਦੀ ਧਰਤੀ ਤੋਂ ਚੱਲ ਕੇ ਸਾਡੀ ਕੈਲੀਫੋਰਨੀਆ 'ਚ ਆਏ ਹਾਂ। ਤੁਹਾਨੂੰ ਬਹੁਤ ਬਹੁਤ ਜੀ ਆਇਆਂ, ਵੈਲਕਮ ਤੁਹਾਡਾ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ। ਮਿਹਰਬਾਨੀ, ਮਿਹਰਬਾਨੀ। ਸੋ ਇਸ ਵੇਲੇ ਨਿੱਜਰ ਪਰਿਵਾਰ ਦੇ ਨਾਲ ਜੁੜੇ ਹਾਂ, ਭਾਅ ਜੀ ਸੁਰਿੰਦਰ ਸਿੰਘ ਜੀ ਅਤੇ ਨਾਲ ਅੰਮ੍ਰਿਤਪਾਲ ਸਿੰਘ ਜੀ, ਨਾਲ ਉਹਨਾਂ ਦੇ ਪਿਤਾ ਜੀ ਨੇ, ਪਰਿਵਾਰ ਦੇ ਹੋਰ ਮੈਂਬਰ ਜਿਹੜੇ ਆ ਸਾਰੇ। ਅਤੇ ਸਭ ਤੋਂ ਵੱਡੀ ਗੱਲ, ਅਹਿਮ ਗੱਲ ਕਿ ਪਰਿਵਾਰ ਇਕੱਠਾ, ਦੁਨੀਆ ਦੇ ਵਿੱਚ ਇਕੱਠ ਤੋਂ ਵੱਡੀ ਕੋਈ ਤਾਕਤ ਨਹੀਂ। ਸਾਨੂੰ ਛੋਟੇ ਹੁੰਦਿਆਂ ਨੂੰ ਵੀ ਕਹਾਣੀ ਪੜ੍ਹਾਉਂਦੇ ਹੁੰਦੇ ਸੀ ਕਿ ਭਾਈ ਲੱਕੜੀ ਇੱਕ ਅਤੇ ਲੱਕੜੀਆਂ ਜਿਹੜੀਆਂ ਪੂਰੇ ਦਾ ਪੂਰਾ ਉਹਦਾ ਗੁੱਛਾ, ਇੱਕ ਲੱਕੜੀ ਟੁੱਟਦੀ ਹੈ ਅਤੇ ਗੁੱਛਾ ਕਦੇ ਟੁੱਟਦਾ ਨਹੀਂ। ਅਤੇ ਜਦੋਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਅਸੀਂ ਉਸ ਇਤਫਾਕ ਨੂੰ, ਉਸ ਸਾਂਝ ਨੂੰ, ਉਸ ਪਰਿਵਾਰਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹਾਂ, ਅਤੇ ਐਂ ਲੱਗਦਾ ਹੁੰਦਾ ਕਿ ਭਾਈ ਦੁਨੀਆ ਦੀ ਸਭ ਤੋਂ ਬਿਹਤਰੀਨ ਥਾਂ, ਦੁਨੀਆ ਦੇ ਸਭ ਤੋਂ ਬਿਹਤਰੀਨ ਸੰਬੰਧ ਜਿਹੜੇ ਆ ਅਸੀਂ ਇੱਥੇ ਦੇਖ ਲਏ। ਅਤੇ ਤਰੱਕੀਆਂ ਵੀ ਤਾਂ ਹੀ ਹੁੰਦੀਆਂ, ਤਰੱਕੀਆਂ ਦੇ ਪਰਲੇ ਪਾਸੇ ਨੂੰ ਜਾਣ ਦਾ ਇਹਦੇ ਤੋਂ ਬਿਨਾਂ ਕੋਈ ਸਾਧਨ ਜਿਹੜਾ ਉਹ ਨਹੀਂ ਹੈ। ਅੱਛਾ ਅੰਮ੍ਰਿਤਪਾਲ ਭਾਅ ਜੀ, ਮੈਂ ਸਾਰੇ ਪਾਸੇ ਜਾਣਾ, ਬਾਪੂ ਜੀ ਕੋਲ ਵੀ ਜਾਣਾ, ਅਤੇ ਤਿੰਨ ਪੀੜ੍ਹੀਆਂ ਇਸ ਵੇਲੇ ਖਲੋਤੀਆਂ ਨੇ ਬਾਪੂ ਜੀ, ਉਹਦੇ ਤੋਂ ਬਾਅਦ ਤੁਸੀਂ ਦੋਏ ਭਰਾ ਅਤੇ ਨਾਲ ਤੀਸਰੀ ਪੀੜ੍ਹੀ ਜਿਹੜੀ ਹੈ। ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਕਿੰਨੇ ਸਾਲ ਹੋ ਗਏ ਅਮਰੀਕਾ ਦੀ ਧਰਤੀ 'ਤੇ ਆਇਆਂ ਨੂੰ? ਸਾਨੂੰ ਕੋਈ ਜੀ 1990 ਦੇ ਦਹਾਕੇ ਦੇ ਵਿੱਚ, 1990। ਹਾਂ ਹਾਂਜੀ ਹਾਂਜੀ, 30-35 ਸਾਲ ਹੋ ਗਏ। 35 ਸਾਲ ਹੋ ਗਏ। 35 ਸਾਲ ਹੋ ਗਏ, ਹਾਂਜੀ ਹਾਂਜੀ। ਅਤੇ ਘਰ ਦੇ ਵਿੱਚ ਕਿੰਨੇ ਜੀ ਨੇ ਜੀ ਇਸ ਵੇਲੇ? ਇਸ ਵੇਲੇ ਜੀ ਅਸੀਂ ਆਪਾਂ ਗਿਣਤੀ ਕਰ ਮਾਰਦੇ ਹੀ ਨਹੀਂ, ਮਾਲਕ ਦੀ ਬੜੀ ਕਿਰਪਾ ਜੀ, ਪਾਪਾ ਜੀ ਹੁਣੀ ਆ ਜੀ, ਉਦੋਂ ਬਾਅਦ ਅਸੀਂ ਅਤੇ ਸਾਡਾ ਬੀਬੀਆਂ ਸਾਡੀਆਂ ਜੀ, ਅਤੇ ਉਦੋਂ ਬਾਅਦ ਫਿਰ ਸਾਡੇ ਬੇਟੇ ਆ, ਬੱਚੇ ਬੇਟੇ, ਫਿਰ ਬੇਟੇ ਇਹਨਾਂ ਦੀਆਂ ਬੀਬੀਆਂ ਨਾਲ ਜੀ, ਫਿਰ ਇਹਨਾਂ ਦੇ ਗਾਹਾਂ ਬੱਚੇ, ਚਾਰ ਪੀੜ੍ਹੀਆਂ। ਹਾਂਜੀ, ਚਾਰ ਪੀੜ੍ਹੀਆਂ ਜੀ ਅਸੀਂ ਰਹਿ ਰਹੇ ਹਾਂ, ਮਾਲਕ ਦੀ ਬਹੁਤ ਅਪਾਰ ਕਿਰਪਾ, ਸ਼ੁਕਰੀਆ। ਠੀਕ ਹੈ ਜੀ, ਹਾਂਜੀ। ਅੱਛਾ, ਮੈਨੂੰ ਇੱਕ ਅੰਮ੍ਰਿਤਪਾਲ ਭਾਅ ਜੀ ਹੋਰ ਚੀਜ਼ ਦੱਸਿਓ ਕਿ ਇਸ ਵੇਲੇ ਜਿਹੜੇ ਹਾਲਾਤ ਚੱਲ ਰਹੇ ਨੇ, ਸਾਨੂੰ ਬਹੁਤ ਘੱਟ ਤੁਹਾਡੇ ਵਰਗੇ ਪਰਿਵਾਰ ਮਿਲਦੇ ਆ, ਪਰ ਜਦੋਂ ਮਿਲਦੇ ਆ ਤਾਂ ਉਦੋਂ ਐਂ ਲੱਗਦਾ ਹੁੰਦਾ ਕਿ ਭਾਈ ਅਜੇ ਵੀ ਮੋਹਦੀਆਂ ਤੰਦਾਂ ਜਿਹੜੀਆਂ ਉਹ ਕਾਇਮ ਨੇ। ਹੁਣ ਜਦੋਂ ਚਾਰ ਪੀੜ੍ਹੀਆਂ ਇੱਕ ਘਰ ਦੇ ਵਿੱਚ ਰਹਿੰਦੀਆਂ, ਬਾਪੂ ਜੀ ਦੀ ਪੀੜ੍ਹੀ ਉਹ ਸੀ ਜਦੋਂ ਪਿੰਡਾਂ 'ਚ ਟੈਲੀਫੋਨ ਨਹੀਂ ਸੀ ਹੁੰਦੇ, ਹੁਣ ਪਰਲੀ ਪੀੜ੍ਹੀ ਉਹ ਆ
ਜਦੋਂ ਟੈਲੀਫੋਨ ਤੋਂ ਮੋਬਾਈਲ ਤੋਂ ਬਿਨਾਂ ਇੱਕ ਸਕਿੰਟ ਵੀ ਨਹੀਂ ਸਾਡਾ ਲੰਘਦਾ। ਇਸ ਸਾਰੀ ਚੀਜ਼ ਦੇ ਵਿੱਚ ਐਡਜਸਟਮੈਂਟ, ਇੰਨੀ ਫਲੈਕਸੀਬਿਲਟੀ, ਇੰਨਾ ਲਚਕੀਲਾਪਣ, ਉਹਦਾ ਜਾਣੀ ਫਾਰਮੂਲਾ ਕੀ ਆ, ਅਸੀਂ ਬਾਕੀ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਵੀ ਦੱਸਣਾ। ਹਾਂਜੀ, ਇਹਦਾ ਫਾਰਮੂਲਾ ਬਹੁਤ ਸੌਖਾ ਜਿਹਾ ਹੀ ਆ, ਅਤੇ ਰਲ ਕੇ ਚੱਲਣਾ। ਠੀਕ ਹੈ ਜੀ। ਇੱਕ ਦੂਜੇ ਦੀ ਸਲਾਹ ਲੈਣੀ, ਬਹੁਤ ਸੌਖਾ ਫਾਰਮੂਲਾ ਇਹ ਆ ਵੀ ਜੋ ਦੁਨੀਆ ਦੀ ਦੌੜ ਚੱਲ ਰਹੀ ਆ ਉਹ ਸਾਡੇ ਬੱਚਿਆਂ ਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਆ। ਬਿਲਕੁਲ ਠੀਕ ਹੈ। ਅਸੀਂ ਆਪਣੇ ਬੱਚਿਆਂ ਦੀ ਸਲਾਹ ਲੈਂਦੇ ਹਾਂ ਅਤੇ ਅੱਜ ਦੇ ਸਮੇਂ ਦੇ ਹਾਣੀ ਬਣਨ ਦੇ ਨਾਲ ਸਾਨੂੰ ਇਹਨਾਂ ਤੋਂ ਚੰਗੀ ਸਲਾਹ ਬਣ ਮਿਲਦੀ ਆ ਅਤੇ ਉਹਦੇ ਨਾਲ ਇੱਕ ਦੂਸਰੇ ਦਾ ਸਤਿਕਾਰ, ਪੁੱਛਗਿੱਛ, ਅਤੇ ਜਦੋਂ ਆਪਣੇ ਅੰਗਰੇਜ਼ੀ 'ਚ ਕਹਿੰਦੇ ਕਮਿਊਨੀਕੇਸ਼ਨ, ਜੇ ਪਰਿਵਾਰ ਵਿੱਚ ਉਹ ਹੈਗੀ ਆ, ਓਨੈਸਟੀ ਹੈਗੀ ਆ ਅਤੇ ਇੱਕ ਦੂਜੇ ਨੂੰ ਪੁੱਛ ਦੱਸ ਕੇ ਚੱਲਦੇ ਹਾਂ, ਵਨ ਮੈਨ ਸ਼ੋਅ ਨਾ ਹੋਵੇ ਤਾਂ ਇਹ ਮੇਨ ਕੀ ਆ ਜਿਹੜੀ ਉਹ ਪਰਿਵਾਰ ਨੂੰ ਇਕੱਠਾ ਰੱਖਦੀ ਆ। ਹਾਂਜੀ ਹਾਂ, ਠੀਕ ਹੈ ਜੀ। ਸੋ ਇੱਕ ਵਾਰ ਫਿਰ ਵਿਦੇਸ਼ਾਂ ਦੇ ਵਿੱਚੋਂ ਜਦੋਂ ਇਹ ਚਰਚਾਵਾਂ ਚੱਲਦੀਆਂ ਹੁੰਦੀਆਂ ਕਿ ਭਾਈ ਬਜ਼ੁਰਗ ਇਕੱਲੇ ਰਹਿ ਜਾਂਦੇ ਆ ਜਾਂ ਬੱਚੇ ਜਿਹੜੇ ਆ ਉਹ ਨਾਲ ਨਹੀਂ ਰਹਿੰਦੇ, ਤਾਂ ਇਸ ਵੇਲੇ ਉਸ ਸਾਰੀ ਗੱਲ ਦਾ ਅਪਵਾਦ ਜਿਹੜਾ ਸਾਡੇ ਸਾਹਮਣੇ ਹੈ, ਅਤੇ ਮੈਂ ਇਸ ਗੱਲ ਦੀ ਵੀ ਗਰੰਟੀ ਲੈਂਦਾ ਕਿ ਚਾਹੇ ਤੁਸੀਂ ਪੰਜਾਬ ਦੇ ਕਿਸੇ ਬਾਰਡਰ ਏਰੀਏ ਦੇ ਪਿੰਡ 'ਚ ਬੈਠੇ ਹੋ, ਚਾਹੇ ਦੁਨੀਆ ਦੇ ਕਿਸੇ ਬਹੁਤ ਜਿਹੜਾ ਆਲੀਸ਼ਾਨ ਦੇਸ਼ ਨੇ, ਜਿਹੜੇ ਵਿਕਸਿਤ ਦੇਸ਼ ਨੇ, ਚਾਹੇ ਤੁਸੀਂ ਉਹਨਾਂ ਦੇ ਬਹੁਤ ਵੱਡੇ ਸ਼ਹਿਰ 'ਚ ਬੈਠੇ ਹੋ, ਸਫਲਤਾ ਦੀ ਕੁੰਜੀ ਇਹੀ ਹੈ, ਇਹਦੇ ਤੋਂ ਅੱਗੇ ਪਿੱਛੇ ਕੋਈ ਨਹੀਂ। ਅਮਰੀਕਾ ਦਾ ਫ੍ਰਿਜ਼ਨੋ ਦਾ ਇਲਾਕਾ ਅਤੇ ਫ੍ਰਿਜ਼ਨੋ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਸਾਡੇ ਪੰਜਾਬੀ ਭਰਾ ਜਿਹੜੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸੁਰਿੰਦਰ ਭਾਅ ਜੀ, ਤੁਸੀਂ ਮੇਰੇ ਕੋਲ ਆਇਓ ਇੱਧਰਲੇ ਪਾਸੇ ਨੂੰ, ਜਰਾ ਤੁਸੀਂ ਵੀ ਇੱਥੇ ਰਹਿ ਜਾਓ, ਕੋਈ ਗੱਲ ਨਹੀਂ, ਆ ਜਾਓ ਤੁਸੀਂ ਇੱਥੇ ਮੇਰੇ ਵਾਲੇ ਪਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਸੁਰਿੰਦਰ ਭਾਅ ਜੀ, ਮੈਨੂੰ ਇੱਕ ਚੀਜ਼ ਦੱਸਿਓ ਕਿ ਜਦ ਹੁਣ ਸਾਰਿਆਂ ਨੂੰ ਤੁਹਾਡਾ ਫਾਰਮ ਨਜ਼ਰ ਆਉਣਾ, ਤੁਹਾਡੀਆਂ ਕਾਰਾਂ ਨਜ਼ਰ ਆਉਣੀਆਂ, ਘਰ ਨਜ਼ਰ ਆਉਣਾ, ਜਦੋਂ ਨਵੇਂ ਆਏ ਸੀ ਉਦੋਂ ਵੀ ਸਾਰਾ ਕੁਛ ਨਾਲ ਹੀ ਲੈ ਕੇ ਆਏ ਸੀ ਪਿੱਛੋਂ ਕਿ ਹੌਲੀ ਹੌਲੀ ਬਣਾਇਆ, ਪਹਿਲਾਂ ਕੰਮ ਕਰ ਕੀ ਕੀਤੇ? ਬਿਲਕੁਲ, ਇੱਥੇ ਆ ਕੇ ਸਾਰਾ ਕੁਛ ਬਣਿਆ ਜੀ, ਮਾਲਕ ਦੀ ਬੜੀ ਅਪਾਰ ਕਿਰਪਾ ਜੀ। ਅਸੀਂ ਜਿਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਜੀ, ਪਿੰਡ ਭਾਰ ਸਿੰਘਪੁਰਾ, ਤਹਿਸੀਲ ਫਲੌਰ, ਅਤੇ ਉੱਥੇ ਇੱਕ ਇਸ ਘੁੱਗਵਾਸ ਦੇ ਪਿੰਡ ਦੇ ਵਿੱਚ ਦੋ ਸਕੇ ਭਰਾ ਜਥੇਦਾਰ ਸੁਦਾਗਰ ਸਿੰਘ ਅਤੇ ਸਰਦਾਰ ਪਾਖਰ ਸਿੰਘ ਅਕਾਲੀ ਜੀ, ਅੱਜ ਵੀ ਉਹ ਪਰਿਵਾਰ ਸਤਿਕਾਰਯੋਗ ਹੈ। ਮਾਲਕ ਦੀ ਪਾਰ ਕਿਰਪਾ ਨਾਲ ਉਹ ਦੋਨਾਂ ਭਰਾਵਾਂ ਦਾ ਪਿਆਰ ਸੀਗਾ ਜੀ, ਉੱਥੇ ਵੀ ਅਸੀਂ ਜੁਆਇੰਟ ਫੈਮਿਲੀ ਸੀਗੀ ਅਤੇ ਤਕਰੀਬਨ 24-25 ਬੱਚੇ ਇੱਕ ਵਿਹੜੇ ਵਿੱਚ ਪਲੇ ਵੱਡੇ ਹੋਏ, ਅੱਜ ਉੱਥੇ ਕੋਈ ਨਹੀਂ, ਠੀਕ ਹੈ, ਸਾਰੇ ਫੋਰਨ ਕੰਟਰੀਆਂ 'ਚ ਆ ਗਏ। ਜਿਸ ਦਿਨ ਆਏ ਸੀ ਉਸ ਦਿਨ ਤਾਂ ਅਸੀਂ ਵੀ $20 ਲੈ ਕੇ ਇੱਥੇ ਆਏ ਸੀ। ਕੀ ਬਾਤ ਹੈ। ਪਰ ਸਾਡੇ ਆਈਕੋਨ ਸੀਗੇ ਇੱਥੇ, ਸਾਡੇ ਪਰਿਵਾਰ ਦੇ ਰਿਸ਼ਤੇਦਾਰ ਜਿਹੜੇ ਟਰੈਕਿੰਗ ਕਰਦੇ ਸੀ, ਤਾਂ ਸਾਡਾ ਵੀ ਸੁਪਨਾ ਸੀ ਵੀ ਟਰੈਕਿੰਗ ਕਰੀਏ। ਬਿਲਕੁਲ ਠੀਕ ਹੈ। ਇੱਕ ਟਰੱਕ ਤੋਂ ਅਸੀਂ ਸ਼ੁਰੂ ਕੀਤਾ 90 'ਚ ਜੀ, ਅਤੇ ਉਸ ਤੋਂ ਬਾਅਦ ਜੋ ਮਾਲਕ ਨੇ ਕਿਰਪਾ ਕੀਤੀ ਆ, ਪੂਰੀ ਤਨਦੇਹੀ ਨਾਲ ਮਿਹਨਤ ਵੀ ਕੀਤੀ, ਇਮਾਨਦਾਰੀ ਨਾਲ ਕੰਮ ਕੀਤਾ, ਅੱਜ ਜੋ ਵੀ ਰੰਗ ਭਾਗ ਲੱਗੇ ਨੇ ਉਹ ਮਾਲਕ ਦੀ ਦਇਆ ਸਦਕਾ ਹੋਇਆ। ਠੀਕ ਹੈ ਜੀ। ਹਰ ਇਨਸਾਨ ਚਾਹੁੰਦਾ ਮੈਂ ਕੁਝ ਚੰਗਾ ਕਰਾਂ, ਆਵਾਮ ਮੈਨੂੰ ਚੰਗਾ ਕਹੇ, ਪਰ ਹੁੰਦਾ ਉਹੀ ਉਹ ਜੋ ਮਾਲਕ ਨੂੰ ਪਾਉਂਦਾ ਜੀ। ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਜੀ। ਸਾਨੂੰ ਬੜਾ ਉਸ ਗੁਰੂ ਸਾਹਿਬ 'ਤੇ ਵਿਸ਼ਵਾਸ ਹੈ, ਸਾਡੇ ਬਾਬਾ ਜੀ ਵੀ ਜੀ ਇਸੇ ਤਰ੍ਹਾਂ ਸਨ। ਬਿਲਕੁਲ ਠੀਕ। ਉਹਨਾਂ ਦਾ ਵਿਸ਼ਵਾਸ ਇਸ ਤਰ੍ਹਾਂ ਸੀ, ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹਾਂ, ਇਨਸਾਨੀ ਤੌਰ 'ਤੇ ਬੰਦੇ ਨੂੰ ਪੁੱਛੇ, ਬੰਦਾ ਜੀ ਇਨਸਾਨ ਤੇਰਾ ਇੰਤਜ਼ਾਮ ਕਿੰਨਾ, ਕਿੰਨੇ ਨੇ ਪੈਣਾ ਭਰਾ ਧੀਆਂ ਪੁੱਤ, ਪਸ਼ੂ ਪਾ ਘੋੜ ਤਵੇਲ ਅਤੇ ਕਾਰੋਬਾਰ ਕਿੰਨਾ, ਕਦੇ ਇਹ ਨਹੀਂ ਪੁੱਛਦਾ ਇਹ ਬੰਦੇ ਤੇਰਾ ਉਸ ਪਰਵਤਗਾਰ ਦੇ ਨਾਲ ਪਿਆਰ ਕਿੰਨਾ, ਉਸ ਮਾਲਕ ਦੇ ਨਾਲ ਪਿਆਰ ਕਿੰਨਾ। ਸਾਰੇ ਦੁਨੀਆ 'ਤੇ ਜੋ ਆਉਂਦਾ, ਜੋ ਫੋਰਨ ਕੰਟਰੀ ਸੁਪਨਾ ਲੈ ਕੇ ਆਉਂਦਾ, ਹਰ ਬੰਦਾ ਮਿਹਨਤ ਕਰਦਾ ਜੀ, ਮਿਹਨਤ ਦੇ ਨਾਲ ਨਾਲ ਕੋਈ ਇੱਕ ਵੱਡੀ ਤਾਕਤ ਹੋਰ ਵੀ ਹੈ ਜਿਹੜੀ ਸਾਡੀ ਡਿਸਟਨੀ ਹੈਗੀ ਆ ਜੀ, ਉਹ ਮਾਲਕ ਨੇ ਸਾਰਿਆਂ ਦੀ ਕਿਤੇ ਨਾ ਕਿਤੇ ਬਣਾਈ ਹੋਈ ਆ। ਮਿਹਨਤ ਤਾਂ ਸਦਕਾ ਅੱਜ ਟਰੱਕਾਂ ਤੋਂ ਖੇਤਾਂ 'ਚ, ਖੇਤਾਂ ਤੋਂ ਰੀਅਲ ਸਟੇਟ ਦੇ ਕਾਰੋਬਾਰ 'ਚ ਮਾਲਕ ਨੇ ਕਿਰਪਾ ਕੀਤੀ ਹੈ। ਇਹਦੇ ਵਿੱਚ ਸਾਰੀ ਗੱਲ ਇਹੀ ਆਉਂਦੀ ਆ ਕਿ ਸਖਤ ਮਿਹਨਤ ਜੀ, ਆਪਸੀ ਪਿਆਰ ਜੀ, ਅਤੇ ਮਾਲਕ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮਾਲਕ ਸਾਰਿਆਂ ਦਾ ਇਸੇ ਤਰ੍ਹਾਂ ਸੱਤ ਸੰਤੋਖ ਬਣਾਈ ਰੱਖੇ ਜੀ, ਅਤੇ ਇਸੇ ਤਰ੍ਹਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਰਹਿਣ, ਇਮਾਨਦਾਰੀ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਨਾਲ ਨਾਲ ਜਿਸ ਤਰ੍ਹਾਂ ਅਸੀਂ ਮਾਂ ਖੇਡ ਕਬੱਡੀ ਜਿਹੜੀ ਹੈ ਜੀ, ਉਹਦੇ ਲਈ ਵੀ ਪਿਛਲੇ 1994 ਤੋਂ ਸਾਡੇ ਵੱਡੇ ਭਰਾ, ਸਾਡੇ
ਬਾਏ ਨੇਮ ਆਪਾਂ ਨਹੀਂ ਕਹਿੰਦੇ ਜੀ, ਜਿਨ੍ਹਾਂ ਨੇ ਇੱਥੇ ਕਬੱਡੀ ਸ਼ੁਰੂ ਕੀਤੀ ਸੀ ਉਹਨਾਂ ਨਾਲ ਰਲ ਕੇ ਅਸੀਂ ਵੀ ਇਸ ਵੇਲੇ ਹਮੇਸ਼ਾ ਹੀ, ਚਾਹੇ 2010 ਵਿੱਚ ਪਹਿਲਾ ਕਬੱਡੀ ਵਰਲਡ ਕਬੱਡੀ ਕੱਪ ਸ਼ੁਰੂ ਹੋਇਆ ਉਹਦੇ ਲਈ ਵੀ ਇੱਥੋਂ ਦੀ ਕੈਲੀਫੋਰਨੀਆ ਦੀ ਜਿਹੜੀ ਅਮੈਰੀਕਾ ਦੀ ਟੀਮ ਗਈ ਸੀ ਜੀ, ਉਹਦੇ ਵੀ ਪ੍ਰਬੰਧਕ ਵੀਰ ਆਪਣੇ ਸਨ। ਕੀ ਬਾਤ ਹੈ! ਹਾਂਜੀ, ਅੱਛਾ ਮੈਨੂੰ ਨਿੱਜਰ ਸਾਹਿਬ ਇੱਕ ਚੀਜ਼ ਹੋਰ ਜ਼ਰੂਰ ਦੱਸਿਓ, ਜਿਹੜੇ ਹੁਣ ਨਵੇਂ ਲੋਕ ਆ ਰਹੇ ਨੇ ਅਮਰੀਕਾ ਦੇ ਵਿੱਚ, ਕਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕਿਤੇ ਵੀ, ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਯਾਰ ਦੇਖ ਕੇ ਵੀ ਸਾਡੀ ਪਤਾ ਨਹੀਂ ਤਰੱਕੀ ਕਦੋਂ ਹੋਣੀ ਹੈ, ਵੀ ਅਸੀਂ ਆਪਣਾ ਘਰ ਕਦੋਂ ਲਵਾਂਗੇ, ਸਾਡੇ ਕਾਰੋਬਾਰ ਕਦੋਂ ਸ਼ੁਰੂ ਹੋਣਗੇ। ਜਿੱਦਾਂ ਤੁਸੀਂ ਦੱਸਿਆ ਕਿ $20-25 ਹੀ ਸੀ ਕੋਲ ਜਦੋਂ ਆਏ ਹੋ, ਹੌਲੀ ਹੌਲੀ ਇੱਕ ਟਰੱਕ ਲਿਆ, ਕੰਮ ਸ਼ੁਰੂ ਕੀਤਾ ਅਤੇ ਬਾਬੇ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ। ਇਮਾਨਦਾਰੀ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਵੀ ਜੇ 5-7-10 ਸਾਲ ਮਿਹਨਤ ਕੀਤੀ ਜਾਵੇ ਤਾਂ ਰੰਗ ਭਾਗ ਲੱਗ ਜਾਂਦੇ ਆ ਜੀ। ਬਿਲਕੁਲ ਬਿਲਕੁਲ, ਉਸ ਤੋਂ ਬਾਅਦ ਵੀ ਜਿਹੜਾ ਜਿਹੜੇ ਕੁਝ ਇੱਦਾਂ ਵੀ ਹੈਗੇ ਸਾਡੇ ਭਰਾ ਜਿਹੜੇ ਸਾਡੇ ਕੋਲ ਕਿਸੇ ਵੇਲੇ ਡਰਾਈਵ ਕਰਦੇ ਸੀ, ਅੱਜ ਉਹ ਟਰੱਕਿੰਗ ਕੰਪਨੀਆਂ ਦੇ ਮਾਲਕ। ਠੀਕ ਹੈ ਜੀ। ਅਤੇ ਇਸ ਤਰ੍ਹਾਂ ਵੀ ਕਹਿ ਲਈਏ ਸੈਕਰਾਮੈਂਟੋ ਤੋਂ ਲੈ ਕੇ ਬੇਕਰ ਸਪੀਡ ਤੱਕ ਬਹੁਤ ਸਾਰੇ ਪੰਜਾਬੀ ਭਰਾ ਜਿਹੜੇ ਸਾਡੇ ਕੋਲ ਕੰਮ ਕੀਤਾ ਜੀ, ਇਕੱਠਿਆਂ ਨੇ ਅਸੀਂ ਐਜ ਏ ਫੈਮਿਲੀ ਜੀ ਮੈਂਬਰਸ, ਪਰ ਉਹ ਅੱਜ ਟਰੱਕਾਂ ਦੇ ਮਾਲਕ ਆ। ਮਿਹਨਤ ਜਿਹੜਾ ਕਰਦਾ ਉਹ ਵੱਧਦਾ ਵੱਧਦਾ, ਇਮਾਨਦਾਰੀ ਨਾਲ ਮਿਹਨਤ ਕਰਨ ਵਾਲਿਆ ਜਿਹੜਾ ਗੁਣਾ ਉਹ ਹਰ ਵਿੱਚ ਹੋਣਾ ਚਾਹੀਦਾ, ਹੋਣਾ ਚਾਹੀਦਾ। ਹਾਂ, ਠੀਕ ਹੈ ਜੀ। ਭਾਅ ਜੀ ਮੈਂ ਇੱਕ ਤੁਹਾਡੇ ਤੋਂ ਪੁੱਛਣਾ ਇੱਕ ਸਵਾਲ, ਤੁਸੀਂ ਕੋਈ ਗੱਲ ਨਹੀਂ ਇੱਥੇ ਰਹਿ ਲਓ, ਮੈਂ ਗੱਲਬਾਤ ਤੁਹਾਡੇ ਕੋਲ ਦੁਬਾਰਾ ਲੈ ਕੇ ਆਉਣੀ ਆ ਕਿ ਇਸ ਵੇਲੇ ਜਦੋਂ ਤੁਸੀਂ ਟਰੱਕ ਚਲਾਉਣਾ ਸ਼ੁਰੂ ਕੀਤਾ ਹੈ ਨਵਾਂ ਨਵਾਂ, ਉਦੋਂ ਇੱਦਾਂ ਹੀ ਵੀ ਸਵੇਰੇ ਜਾਣਾ 10 ਵਜੇ 4 ਵਜੇ ਘਰ ਨੂੰ ਆ ਜਾਣਾ ਕਿ ਰਾਤ ਰੂਤ ਬਾਹਰ ਵੀ ਰਹਿ ਕਦੀ? ਬਿਲਕੁਲ ਜੀ, ਅਸੀਂ ਜ਼ਿਆਦਾਤਰ ਫੀਨਿਕਸ ਤੋਂ ਚੱਲਦੇ ਸੀਗੇ। ਠੀਕ ਹੈ ਜੀ। ਅਤੇ ਕੋਈ ਇੱਥੋਂ 12-11 ਘੰਟੇ ਦੀ ਡਰਾਈਵ ਆ ਜੀ, ਅਤੇ ਇੱਕ ਦਿਨ ਜਾਣ ਨੂੰ ਲੱਗ ਜਾਂਦਾ ਸੀ, ਇੱਕ ਦਿਨ ਆਉਣ ਨੂੰ ਲੱਗਦਾ ਸੀ, 3 ਦਿਨਾਂ ਦੇ ਵਿੱਚ ਵਾਪਸੀ ਹੁੰਦੀ ਸੀਗੀ। ਠੀਕ ਹੈ ਜੀ। ਬੱਚੇ ਛੋਟੇ ਛੋਟੇ ਸੀਗੇ ਜੀ, ਅਤੇ ਪਰ ਫਿਰ ਵੀ ਅਸੀਂ ਕੋਈ ਮਾਲਕ ਨੇ 4 ਸਾਲ ਟਰੱਕ ਚਲਵਾ ਕੇ ਤਾਂ ਫਿਰ ਆਫਿਸ ਵਿੱਚ ਸ਼ਿਫਟ ਹੋ ਗਿਆ, ਆਫਿਸ ਸ਼ਿਫਟ, ਅਤੇ ਉਹਦੇ ਨਾਲ ਬੜੀ ਸੰਤੁਸ਼ਟੀ ਆ ਹੁਣ ਇਸ ਵੇਲੇ ਜੀ। ਹੁਣ ਅਸੀਂ ਆਫਿਸ ਵਿੱਚ ਵੀ ਹਮੇਸ਼ਾ ਨਹੀਂ ਹੁੰਦੇ ਜੀ, ਬੇਟੇ ਹੁੰਦੇ ਆ ਜ਼ਿਆਦਾ, ਅਤੇ ਵਧੀਆ ਚੱਲ ਰਿਹਾ ਜੀ। ਇਹ ਉਦੋਂ ਔਖਾ ਲੱਗਦਾ ਸੀਗਾ ਜੀ, ਪਰ ਜਦੋਂ ਟਾਈਮ ਪੈ ਜਾਂਦਾ ਥੋੜ੍ਹਾ ਆਪਾਂ ਸੈਟਲ ਹੋ ਜਾਂਦੇ ਹਾਂ, ਹੁਣ ਆਪਾਂ ਨੂੰ ਸੌਖਾ ਲੱਗਦਾ ਵੀ ਠੀਕ ਆ। ਮੈਂ ਇਹ ਸਵਾਲ ਤਾਂ ਪੁੱਛ ਰਿਹਾ ਤਾਂ ਜੋ ਜਿਹੜੀ ਸਾਡੇ ਵਾਲੀ ਪੀੜ੍ਹੀ ਨਵੀਂ ਆ ਰਹੀ ਹੈ ਨਾ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸਬਰ ਰੱਖਣ ਦਾ ਇੱਕ ਢੰਗ ਤਰੀਕਾ ਮਿਲੇ ਕਿ ਹਾਂਜੀ ਵੀ ਚਿਰ ਲੱਗੂਗਾ ਜੀ, ਕਿ ਚੀਜ਼ਾਂ ਛੇਤੀ ਨਹੀਂ ਬਣਦੀਆਂ। ਹੁਣ ਇਹ ਮੈਨੂੰ ਜ਼ਰੂਰ ਦੱਸਿਓ ਕਿ ਆਉਂਦੇ ਹੀ ਘਰ ਲੈ ਲਿਆ ਸੀ ਕਿ ਕੁਛ ਮਹੀਨੇ ਕਿਰਾਏ 'ਤੇ ਵੀ ਰਹੇ? ਅਸੀਂ ਪਹਿਲਾਂ ਅਪਾਰਟਮੈਂਟ 'ਚ ਸ਼ਿਫਟ ਹੋਏ ਸੀਗੇ ਅਤੇ ਸਾਰੀ ਦੁਨੀਆ ਇੱਥੋਂ ਹੀ ਲੰਘੀ ਆ ਜੀ, ਉਹਨਾਂ ਦੇ ਉਸੇ ਹੀ ਰਾਹ 'ਚ ਅਸੀਂ ਵੀ ਸੀਗੇ ਹੈ ਨਾ। ਅਪਾਰਟਮੈਂਟ ਲਈ ਲੱਕਲੀ ਬ੍ਰੈਂਡ ਨਿਊ ਬਣੀ ਸੀ, ਠੀਕ ਹੈ, ਅਤੇ ਬੜਾ ਵਧੀਆ ਲੱਗਾ। ਅਤੇ ਉਦੋਂ ਬਾਅਦ ਉਹ ਅਪਾਰਟਮੈਂਟ ਵੀ ਇਹੋ ਜਿਹੀ ਸੀ, ਉਹਦੇ ਥੱਲੇ ਘਰਾਂ ਖੜ੍ਹ ਜਾਂਦੇ ਸੀ, ਉੱਤੇ ਅਸੀਂ ਰਹਿੰਦੇ ਸੀਗੇ ਹੈ ਨਾ। ਅਤੇ ਉਦੋਂ ਬਾਅਦ ਅਸੀਂ ਘਰ ਰੈਂਟ 'ਤੇ ਲਿਆ, ਠੀਕ ਹੈ ਜੀ, ਹਾਂਜੀ, ਥੋੜ੍ਹੀ ਜਿਹੀ ਤਰੱਕੀ ਕੀਤੀ ਹੈ ਨਾ, 4-5 ਟਰੱਕ ਹੋ ਗਏ, ਘਰ ਅਸੀਂ ਰੈਂਟ 'ਤੇ ਲੈ ਲਿਆ। ਅਤੇ ਉਦੋਂ ਬਾਅਦ ਫਿਰ ਅਸੀਂ ਘਰ ਉੱਥੇ ਵਾਟਸਨ ਬਿੱਲੇ ਹੀ ਬਣ ਲੱਭ ਪਏ ਤਾਂ ਉਹਦਾ ਡਿਪਾਜ਼ਿਟ ਦੇ ਦਿੱਤਾ ਤਾਂ ਸ਼ੁਰੂਆਤ ਹੋ ਗਏ। ਕੋਈ ਸਾਨੂੰ 5-6 ਸਾਲ ਲੱਗ ਗਏ ਘਰ ਲੈਣ, ਠੀਕ ਹੈ ਜੀ, ਹੈ ਨਾ ਜੀ। ਨਾਲੇ ਉਦੋਂ 2.5 ਲੱਖ ਨੂੰ ਘਰ ਆ ਜਾਂਦਾ ਸੀ, ਨਹੀਂ ਠੀਕ ਹੈ, ਉਹ ਘਰ ਅੱਜ ਕੱਲ੍ਹ 8.5 ਲੱਖ ਦਾ ਆ। ਅੱਛਾ, ਇੱਕ ਚੀਜ਼ ਮੈਨੂੰ ਤੁਸੀਂ ਹੋਰ ਜੋ, ਇਹ ਤਾਂ ਪੜਾਅ ਪਤਾ ਲੱਗ ਗਿਆ ਨਾ, ਮੈਂ ਸਾਰੀਆਂ ਚੀਜ਼ਾਂ ਤਾਂ ਪੁੱਛਦਾ ਸੀ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਬੰਦੇ ਖਰੇ $10-10 ਲੱਖ ਲੈ ਕੇ ਆਉਂਦੇ ਸੀ, ਆਉਂਦੇ ਕਾਰੋਬਾਰ ਸ਼ੁਰੂ ਕਰ ਲਏ ਤਾਂ ਬੱਲੇ ਬੱਲੇ ਹੋ ਗਈ। ਮੈਂ ਹੁਣ ਨਿੱਜਰ ਸਾਹਿਬ ਇੱਕ ਚੀਜ਼ ਹੋਰ ਤੁਹਾਡੇ ਤੋਂ ਇਹ ਪੁੱਛਣੀ ਹੈ ਕਿ ਜਦੋਂ ਕੰਮਕਾਰ ਬੰਦਾ ਇੱਥੇ ਸ਼ੁਰੂ ਕਰਦਾ, ਕਈ ਵਾਰੀ ਊਚ ਨੀਚ ਆਉਂਦੀ ਹੈ, ਰਿਸੈਸ਼ਨ ਆ ਗਿਆ ਜੀ, ਮੰਦੀ ਆ ਗਈ ਜੀ, ਕੰਮ ਘੱਟ ਗਏ ਜੀ, ਕੰਮ ਵੱਧ ਗਿਆ ਜੀ, ਆਹ ਜਿਹੜਾ ਹੁਣ ਰਿਸੈਸ਼ਨ ਅੱਜ ਕੱਲ੍ਹ ਆਇਆ, ਬਹੁਤ ਸਾਰੇ ਲੋਕ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ ਕਿ ਸ਼ਾਇਦ ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਇਆ, ਕਦੇ ਇੱਦਾਂ ਹੋਇਆ ਹੀ ਨਹੀਂ। ਤੁਸੀਂ 1990-99 ਦੇ ਇੱਥੇ ਹੋ, ਕਦੇ ਪਹਿਲਾਂ ਵੀ ਆਰਥਿਕ ਮੰਦੀ ਇੱਥੇ ਆਈ ਹੈ, ਪਹਿਲਾਂ ਵੀ ਕਾਰੋਬਾਰ ਥੋੜ੍ਹੇ ਜਿਹਾ ਹਿੱਲੇ ਹੁੱਲੇ ਨੇ? ਸਾਡੇ ਦੌਰ ਵਿੱਚ 1 ਵਜੇ ਪਹਿਲਾਂ ਵੀ ਆ ਚੁੱਕਾ, ਠੀਕ ਹੈ ਜੀ, ਮਾਲਕ ਦੀ ਕਿਰਪਾ ਰਹੀ ਆ, ਔਖੇ ਤਾਂ ਜ਼ਰੂਰ ਰਹੇ ਪਰ ਕੰਮ ਚੱਲੀ ਗਿਆ, ਕੋਈ ਨਾ ਕੋਈ ਰਸਤਾ, ਕੋਈ ਨਾ ਕੋਈ ਆਸਰਾ ਬਣ ਜਾਂਦਾ। ਉਹਦਾ ਕਾਰਨ ਆ ਇੱਕ, ਸਾਨੂੰ ਮਹਾਂਪੁਰਸ਼ਾਂ ਦੇ ਨਾਲ ਬੈਠਣ ਦਾ, ਗੱਲਾਂ ਸੁਣਨ ਦਾ, ਉਹ ਕਹਿੰਦੇ ਵੀ ਜਦੋਂ ਥੋੜ੍ਹੀ ਤੰਗੀ ਚੱਲਦੀ ਹੋਵੇ ਨਾ ਜੀ, ਉਦੋਂ ਦਾਨ ਪੁੱਧ ਥੋੜ੍ਹੀ ਜਿਹਾ ਵਧਾ ਦਿਓ, ਠੀਕ ਹੈ ਜੀ, ਅਤੇ ਮਾੜਾ ਸਮਾਂ ਛੇਤੀ ਨਿਕਲ ਜਾਂਦਾ। ਅਤੇ ਇਸੇ ਤਰ੍ਹਾਂ ਹੀ ਅਸੀਂ ਜੁੜੇ ਹੋਏ ਹਾਂ ਪੰਜਾਬ ਦੇ ਨਾਲ ਜੀ, ਅਤੇ ਪੰਜਾਬ ਦੇ ਵਿੱਚ ਅਸੀਂ ਆਪਣੇ ਪਿੰਡ ਦੇ ਸਕੂਲ ਵਿੱਚ ਪ੍ਰਾਈਵੇਟ ਟੀਚਰ ਦਿੱਤੇ ਹੋਏ ਆ ਬੱਚੇ ਪੜ੍ਹਾਉਣ ਲਈ, ਅਤੇ ਸੰਘ ਢੇਸੀਆਂ ਕਾਲਜ ਦੇ ਵਿੱਚ ਅਸੀਂ ਬੱਚਿਆਂ ਨੂੰ ਸਪੋਂਸਰ ਕੀਤਾ ਆ, ਸਾਡੇ 2 ਭਰਾ ਹੋਰ ਵੀ ਆ ਫਰਿਜਨਾ ਤੋਂ, ਅਤੇ ਪਿੰਡ ਦੇ ਵਿੱਚ ਵਿਆਹ ਹੁੰਦਾ, ਆਲੇ ਦੁਆਲੇ ਵਿਆਹ ਹੁੰਦਾ ਆ, ਉਹਦੇ ਵਿੱਚ ਸਾਡੇ ਪਰਿਵਾਰ ਦਾ ਮੈਂਬਰ ਕਦੇ ਸ਼ੋਅ ਅਪ ਨਹੀਂ ਹੁੰਦਾ, ਉਹਨਾਂ ਦੇ ਕਬੀਲੇ ਨੂੰ ਪਤਾ ਵੀ ਨਹੀਂ ਹੁੰਦਾ ਵਿਆਹ ਕਿੱਦਾਂ ਹੋਣਾ ਆ।
ਤਾਂ ਨਾ ਕਿਸੇ ਨੂੰ ਪਤਾ ਲੱਗਣ ਦੇਈਦਾ। ਬਿਲਕੁਲ, ਇੱਦਾਂ ਵਿਆਹ ਵੀ ਹੁੰਦੇ ਬੇਟੀਆਂ ਦੇ। ਬਿਲਕੁਲ ਠੀਕ ਹੈ। ਅਤੇ ਦੂਜੀ ਗੱਲ ਆ ਵੀ ਹੁਣ ਇੱਕ ਪਿਛਲੇ 2 ਸਾਲ ਤੋਂ ਮਕਾਨਾਂ ਦਾ ਕੰਮ ਸ਼ੁਰੂ ਹੋਇਆ ਸੀ। ਠੀਕ ਹੈ ਜੀ। 500 ਸਕੇਅਰ ਫੁੱਟ ਦਾ ਮਕਾਨ 5.5 ਲੱਖ ਦੇ ਵਿੱਚ ਤਿਆਰ ਹੋ ਜਾਂਦਾ ਆ ਜੀ। ਅਤੇ ਅਸੀਂ ਜਿੰਨੇ ਕੁ ਸਾਡੇ ਆਪਣੇ ਪਿੰਡ ਵਿੱਚ ਆਲੇ ਦੁਆਲੇ, ਇੱਕ ਅਸੀਂ ਤਰਨ ਤਾਰਨ ਦੇ ਏਰੀਏ ਦੇ ਵਿੱਚ ਕੀਤਾ ਸੀਗਾ, ਉਹ ਯੂਟਿਊਬ ਤੋਂ ਦੇਖ ਕੇ ਜਿੱਦਾਂ ਲੋੜ ਸਮਝੀ ਤਾਂ ਕਰ ਲਿਆ। ਪਰ ਹੋਰ ਵੀ ਬਹੁਤ ਵੱਡੀ ਲਾਈਨ ਆ। ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਦਾਂ ਤੁਸੀਂ ਵੀ ਰਾਤੀ ਕਿਹਾ ਸੀ, ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰ ਲਈਏ। ਜਿਹੜੇ ਜ਼ਰੂਰਤਮੰਦ ਬੱਚੇ ਆ ਹੋਣ ਹਾਰ, ਉਹਨਾਂ ਦੀ ਮਦਦ ਕਰੀਏ, ਉਹਨਾਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇਈਏ, ਤਾਂ ਸਾਡੇ ਵਿਲੇਜ ਦਾ, ਸਾਡੇ ਪਿੰਡ ਦਾ ਜਿਹੜਾ ਜੁੰਮਾ ਆ ਉਹ ਚੱਕੂਗੇ। ਬਿਲਕੁਲ ਠੀਕ। ਜੇ ਪੜ੍ਹੇ ਲਿਖੇ ਹੋਊਗੇ, ਅਤੇ ਜਿੰਨੇ ਬੱਚੇ ਪੜ੍ਹੇ ਲਿਖੇ ਆ ਉਨੇ ਸੂਝਵਾਨ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੂਗੇ, ਤਾਂ ਤੁਹਾਡੀ ਹੋਰ ਵੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਉਹ ਘੱਟ ਜਾਂਦੀ ਆ। ਹੈ ਨਾ, ਠੀਕ ਹੈ ਜੀ। ਇਸ ਤਰ੍ਹਾਂ ਹੈਗਾ। ਬਾਕੀ ਗਾਂ ਸਾਡੇ ਜਿਹੜੇ ਬੱਚੇ ਆ ਉਹ ਵੀ ਸਾਡੇ ਨਾਲ ਰਲ ਕੇ ਚੱਲ ਰਹੇ ਆ ਜੀ। ਅਤੇ ਆ ਪਿੱਛੇ ਜਿਹੇ ਦੀ ਗੱਲ ਆ, ਆਪਣੇ ਪ੍ਰਭ ਆਸਰਾ ਵਾਲੇ ਆਏ ਸੀ, ਤਾਂ ਕੁਛ ਪੈਸੇ ਉਹ ਸੋਚਦੇ ਸੀ 20,000, ਫਿਰ ਹੋ ਗਿਆ ਜਿੱਦਾਂ ਵੀ 26,000 ਹੋ ਗਿਆ ਜੀ, ਫਿਰ 4,000 ਘੱਟਦਾ ਸੀਗਾ ਜੀ। ਫਿਰ ਸਾਡੇ 2 ਹੀ ਬੱਚੇ ਨਾਲ ਗਏ ਸੀ, ਇਹ ਕਹਿੰਦੇ 30,000 ਹੀ ਪੂਰਾ ਕਰ ਦਿਓ। ਅੱਛਾ, ਪੂਰਾ ਕਰ ਜੀ। ਫਿਰ ਸਾਨੂੰ ਵੀ ਥੋੜ੍ਹਾ ਜਿਹਾ ਹਲਾਰਾ ਮਿਲਦਾ ਪਈ। ਵਾਕਿਆ ਜਿੱਦਾਂ ਸਾਡੇ ਬਾਬਾ ਜੀ ਹੁਣਾਂ ਤੋਂ ਬਾਅਦ ਸਾਡੇ ਪਾਪਾ ਜੀ ਹੁਣੀ, ਉਹਨਾਂ ਤੋਂ ਬਾਅਦ ਅਸੀਂ, ਅਤੇ ਗਾਂ ਸਾਡੇ ਬੱਚਿਆਂ ਦਾ ਵੀ ਇਹ ਨੇਚਰ ਬਣਿਆ ਪਈ। ਬਹੁਤ ਬਹੁਤ ਸਾਰਾ ਪੈਸਾ ਜਮ੍ਹਾਂ ਵੀ ਹੋ ਗਿਆ ਤਾਂ ਉਹਦਾ ਕੁਛ ਨਹੀਂ ਬਣਨਾ, ਅਤੇ ਜੇ ਆਨ ਪ੍ਰਦਾਨ ਚੱਲੀ ਜਾਵੇ, ਲੋੜਵੰਦਾਂ ਦੀ ਮਦਦ ਹੋਈ ਜਾਵੇ, ਤਾਂ ਸਾਨੂੰ ਮਾਲਕ ਹੋਰ ਕਿਰਪਾ ਰੱਖੇ, ਤਾਂ ਕੰਮ ਇੱਦਾਂ ਹੀ ਗਾਂ 'ਤੇ ਗਾਂ ਚੱਲੀ ਜਾਵੇ। ਹਾਂਜੀ, ਇਸ ਤਰ੍ਹਾਂ। ਸੋ ਅਸੀਂ ਇਸ ਵੇਲੇ ਘਰ ਦੇ ਵਿੱਚ ਹੀ ਖੜ੍ਹੇ ਹਾਂ, ਇਹਦੇ ਪਰਿਵਾਰ ਦਾ ਹੀ ਇਹ ਘਰ ਹੈ, ਅਤੇ ਸੰਤਰੇ ਮੈਨੂੰ ਜ਼ਿਆਦਾ ਸੋਹਣੇ ਲੱਗੇ, ਮੈਂ ਇਸ ਕਰਕੇ ਕਿਹਾ ਕਿ ਗੱਲਬਾਤ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਆਪਾਂ ਖੇਤਾਂ ਵਾਲੇ ਪਾਸੇ ਵੀ ਜਾਣਾ। ਮੈਂ ਇੱਕ ਗੱਲ ਤੁਹਾਡੇ ਕੋਲੋਂ ਜ਼ਰੂਰ ਪੁੱਛਣੀ ਹੈ ਕਿ ਬਹੁਤ ਜਦੋਂ ਦਾ ਪ੍ਰਵਾਸ ਹੋਇਆ ਨਾ, ਅਸੀਂ ਜਦੋਂ ਪੰਜਾਬ 'ਚ ਵੀ ਸੀ ਉਦੋਂ ਵੀ ਇਹੀ ਲਿਖਤਾਂ ਪੜ੍ਹਦੇ ਸੀ ਕਿ ਉੱਥੇ ਪਰਿਵਾਰ ਜਿਹੜੇ ਆ ਉਹਨਾਂ ਦੇ ਵਿੱਚ ਬੱਚੇ ਜਿਹੜੇ ਆ ਗੱਲ ਨਹੀਂ ਮੰਨਦੇ। ਤੁਸੀਂ ਅੱਜ ਜਦੋਂ ਬੱਚੇ ਪਰੌਂਠੇ ਆਪ ਲਿਆਉਂਦੇ ਸੀ ਨਾ, ਤਾਂ ਮੈਨੂੰ ਐਂ ਲੱਗਦਾ ਸੀ ਮੈਂ ਯਾਰ ਕਿਤੇ ਗਲਤ ਤਾਂ ਨਹੀਂ ਪੜ੍ਹਦਾ ਰਿਹਾ ਉੱਥੇ। ਤਾਂ ਜਦੋਂ ਆਪ ਨਾਲ ਆ ਕੇ ਬਹਿੰਦੇ ਸੀ, ਜਦੋਂ ਚੰਗੇ ਤਰੀਕੇ ਜੱਫੀ ਪਾ ਕੇ ਮਿਲਦੇ ਸੀ, ਕਿਉਂਕਿ ਅਸੀਂ ਤਾਂ ਪਹਿਲੀ ਵਾਰ ਮਿਲੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਦੇ ਲਈ ਜੇ ਆਪਾਂ ਬਾਕੀ ਸੁੱਖ ਸੁਨੇਹਾ ਕਿਸੇ ਨੂੰ ਦੇਣਾ ਹੋਵੇ ਕਿ ਇਹਦਾ ਫਾਰਮੂਲਾ ਕੀ ਹੈ, ਅਸੀਂ ਬੱਚਿਆਂ ਦੇ ਨਾਲ ਡੀਲ ਕਿੱਦਾਂ ਕਰਨਾ ਤਾਂ ਜੋ ਇਹਦੇ ਪਰਿਵਾਰਾਂ ਦੇ ਵਿੱਚ ਰਚੇ ਮਿਚੇ ਰਹਿਣ। ਬਿਲਕੁਲ ਜੀ, ਇਹ ਜਿੱਥੇ ਆਪਣਾ ਯੋਗਦਾਨ ਆ ਪਰਿਵਾਰ ਦਾ ਜੀ, ਉੱਥੇ ਮਾਲਕ ਦੀ ਅਪਾਰ ਕਿਰਪਾ ਵੀ ਨਾਲ ਹੁੰਦੀ ਹੈ। ਠੀਕ ਹੈ ਜੀ। ਸੋ ਪਰਿਵਾਰ ਪਹਿਲਾਂ ਤੋਂ ਇਕੱਠੇ ਰਹੇ ਤਾਂ ਬੱਚੇ ਜਿਸ ਤਰ੍ਹਾਂ ਦੇਖਦੇ ਰਹੇ ਪਰਿਵਾਰ ਨੂੰ ਜੀ, ਉਸ ਤਰ੍ਹਾਂ ਉਹ ਵੀ ਯੂਜ਼ ਟੂ ਨੇ। ਬਿਲਕੁਲ ਠੀਕ ਹੈ। ਆਏ ਦਾ ਸਤਿਕਾਰ ਕਿੱਦਾਂ ਕਰਨਾ ਜੀ, ਮਿਲਣਾ ਕਿੰਨਾ, ਬਿਠਾਲਣਾ ਕਿੱਦਾਂ, ਅਤੇ ਪ੍ਰਸ਼ਾਦਾ ਕਿੱਦਾਂ ਛਕਾਉਣਾ। ਬਿਲਕੁਲ ਠੀਕ। ਇਹ ਆਪਾਂ ਤੋਂ ਲਰਨ ਕਰਨਾ ਜੀ। ਜੇ ਆਪਾਂ ਬੱਚਿਆਂ ਦੇ ਨਾਲ ਉਸ ਤਰ੍ਹਾਂ ਡੀਲ ਕਰਦੇ ਹਾਂ ਅਤੇ ਉਸੇ ਤਰ੍ਹਾਂ ਬੱਚਿਆਂ ਦੀ ਆ, ਮਾਲਕ ਦੀ ਵੀ ਕਿਰਪਾ, ਉਹਦੇ ਅੱਗੇ ਅਰਦਾਸ ਇਹੀ ਆ ਵੀ ਸਾਰਿਆਂ ਪਰਿਵਾਰਾਂ 'ਚ ਇਸੇ ਤਰ੍ਹਾਂ ਸੱਤ ਸੰਤੋਖ ਬਣਿਆ ਰਹੇ ਜੀ। ਸੱਤ ਸੰਤੋਖ ਤਾਂ ਬਣਿਆ ਰਹਿੰਦਾ ਜੇ ਆਪਣਾ ਅਤੇ ਬੀਬੀਆਂ ਦਾ ਜੀ ਆਪਸ ਵਿੱਚ ਪਿਆਰ ਹੋਵੇ। ਹਾਂਜੀ, ਉਹ ਦੇਖ ਕੇ ਹੀ ਬੱਚੇ ਸਿੱਖਦੇ ਆ। ਠੀਕ ਹੈ, ਬਿਲਕੁਲ। ਕੀ ਹਾਲ ਚਾਲ ਨੇ ਜੀ? ਵਧੀਆ ਜੀ, ਠੀਕ ਠਾਕ ਹੋ? ਹਾਂਜੀ ਹਾਂਜੀ, ਵਧੀਆ ਜੀ। ਅੱਛਾ, ਮੈਨੂੰ ਇਹ ਦੱਸਿਓ, ਕਦੇ ਦੌਕਾ ਦੌਕਾ ਤਾਂ ਨਹੀਂ ਮਾਰਦੇ ਹੁੰਦੇ? ਛੋਟੇ ਹੁੰਦੇ ਨੇ ਬਥੇਰੇ ਖਾਧੇ ਆ, ਅਤੇ ਹੁਣ ਇੱਦਾਂ ਆ ਵੀ ਮਾਰਜ ਕਿਰਪਾ ਨਾਲ ਵੀ ਪਰਿਵਾਰ ਵਧੀਆ ਚੱਲਦਾ, ਇਕੱਠ ਨਿਭ ਰਿਹਾ। ਠੀਕ ਹੈ। ਅਤੇ ਤੁਹਾਡਾ ਜਨਮ ਅਮਰੀਕਾ ਦਾ ਹੀ ਆ? ਮੇਰਾ ਜਨਮ ਇੰਗਲੈਂਡ ਦਾ ਜੀ। ਇੰਗਲੈਂਡ ਦਾ ਹੈ? ਠੀਕ ਹੈ। ਅਸੀਂ, ਮੈਂ 1 ਸਾਲ ਦਾ ਸੀ ਜਦੋਂ ਅਮਰੀਕਾ ਆਏ, ਤਾਂ ਇੰਡੀਆ ਵੀ ਅਸੀਂ ਪਹਿਲੀ ਵਾਰ ਮੈਂ 2019 'ਚ ਗਿਆ ਹਜੇ। ਪੰਜਾਬੀ ਬੜੀ ਵਧੀਆ, ਕਿੱਥੋਂ ਸਿੱਖੀ ਪੰਜਾਬੀ? ਆ ਰੋਲ ਮਾਡਲ ਜਿਹੜੇ ਕੋਲ ਖਲੇ ਇਹਨਾਂ ਤੋਂ ਕਿਆ ਬਾਤ ਹੈ, ਪੰਜਾਬੀ ਇਹਨਾਂ ਤੋਂ ਸਿੱਖੀ। ਅਤੇ ਜਿਹੜਾ ਗੁਰਬਾਣੀ ਵੱਲ ਧਿਆਨ ਦੇਣਾ ਜ਼ਿਆਦਾ, ਉਹ ਮੇਰੇ ਮਾਮ ਦਾ ਇਨਫਲੂਐਂਸ ਆ, ਹਮੇਸ਼ਾ ਉਹਨੇ ਇਹੀ ਸਾਨੂੰ ਸਿਖਾਲਿਆ ਵੀ। ਅਸੀਂ 5 ਸਾਲ ਦੇ ਸੀ ਜਦੋਂ ਸਾਨੂੰ 5 ਪੌੜੀਆਂ ਦਾ ਪਾਠ ਸਿਖਾਲਤਾ ਸੀ, ਅਤੇ ਅਸੀਂ ਉਸ ਰਸਤੇ ਦੇ ਤੌਰ 'ਤੇ, ਇਹ ਇੱਕ ਸਾਡਾ ਫਾਊਂਡੇਸ਼ਨ ਦਾ ਹਿੱਸਾ ਆ। ਬਿਲਕੁਲ, ਕਈ ਪਿੱਲਰ ਹੁੰਦੇ ਆ ਫਾਊਂਡੇਸ਼ਨ ਦੇ, ਕਮਿਊਨੀਕੇਸ਼ਨ, ਰਿਸਪੈਕਟ, ਜਿੱਦਾਂ ਡੈਡ ਦਾ ਜੀ ਨੇ ਕਿਹਾ, ਲੋਇਲਟੀ ਇੱਕ ਦੂਜੇ ਨਾਲ, ਕਮਿਊਨੀਕੇਸ਼ਨ ਕੀ ਆ। ਅਤੇ ਜੇ ਤੁਸੀਂ ਆਪਸ ਗੱਲ ਨਹੀਂ ਕਰਦੇ, ਆਪਸ ਨਾਲ ਇੱਕ ਦੂਜੇ ਦੇ ਥਾਟ ਸ਼ੇਅਰ ਨਹੀਂ ਕਰਦੇ, ਅਤੇ ਇਹ ਮਨ ਦੇ ਵਿੱਚ ਵਹਿਮ ਰਹਿੰਦਾ ਵੀ ਅਗਲਾ ਕੀ ਸੋਚਦਾ ਹੋਊਗਾ। ਤੁਸੀਂ ਭਾਵੇਂ ਬਿਜ਼ਨਸ ਦੇ ਵਿੱਚ ਆ ਜਾਂ ਫੈਮਿਲੀ ਦੇ ਵਿੱਚ ਆ ਜਾਂ ਰਿਲੇਸ਼ਨਸ਼ਿਪ 'ਚ ਵੀ ਆ, ਜਦ ਤੱਕ ਤੁਸੀਂ ਕਮਿਊਨੀਕੇਸ਼ਨ ਨਹੀਂ ਰੱਖਦੇ ਉਦੋਂ ਤੱਕ ਤੁਹਾਡਾ ਇਹ ਮਨ 'ਚ ਵਹਿਮ ਬਣਿਆ ਰਹਿਣਾ, ਅਤੇ ਸਾਡੇ ਕਮਿਊਨੀਕੇਸ਼ਨ ਕੀ। ਠੀਕ ਹੈ ਜੀ। ਤੁਸੀਂ ਇੰਗਲੈਂਡ ਦੇ ਜੰਪਲ ਹੋ, ਅਮਰੀਕਾ ਦੇ ਵਿੱਚ ਹੀ ਰਹੇ ਹੋ, 2018-19 ਦੇ ਵਿੱਚ ਹੀ ਪਹਿਲੀ ਵਾਰੀ ਪੰਜਾਬ ਗਏ ਹੋ।
ਸਾਗ ਖਾਧਾ ਕਦੀ, ਪਰੌਂਠੇ ਖਾਧੇ ਕਦੀ, ਕਿ ਬਰਗਰ ਪੀਜ਼ਾ ਹੀ ਖਾਂਦੇ ਹੋ? ਅਸੀਂ ਸਾਨੂੰ ਉੱਥੇ ਜਾ ਕੇ ਕੋਈ ਡਿਫਰੈਂਟ ਨਹੀਂ ਲੱਗਾ, ਅਸੀਂ ਖਾਂਦੇ ਰਹਿੰਦੇ ਸੀ ਛੋਟੇ ਹੁੰਦੇ ਵੀ। ਚੱਲਦਾ ਕੰਮ ਪੂਰਾ ਚੱਲਦਾ, ਸਾਗ ਘਰ ਦਾ ਬਣਦਾ, ਪਰੌਂਠੇ ਐਵਰੀ ਸੈਟਰਡੇ ਘਰ ਦੇ ਬਣਦੇ ਆ, ਅਤੇ ਜਿਹੜਾ ਆਉਂਦਾ ਉਹਨੂੰ ਪਤਾ ਵੀ ਇੱਥੇ ਲੰਗਰ ਖੁੱਲ੍ਹਾ ਮਿਲਣਾ ਹੀ ਮਿਲਣਾ। ਚਲੋ ਬਹੁਤ ਚੰਗਾ ਲੱਗਾ ਜੀ, ਅਤੇ ਹੁਣ ਆਪਾਂ ਫਾਰਮ ਦੇ ਉੱਤੇ ਜਾਣਾ ਸਿੱਧਾ ਸੜਕ ਪਾਰ ਕਰਕੇ, ਅਤੇ ਬਾਕੀ ਉੱਥੋਂ ਥੋੜ੍ਹੀਆਂ ਫਾਰਮ ਦੀਆਂ ਬਰੀਕੀਆਂ। ਮੈਂ ਇਹ ਵੀ ਪੁੱਛਣਾ ਕਿ ਫਾਰਮ ਲੈ ਲਿਆ ਅਤੇ ਮੁੜ ਕੇ ਜੇਬਾਂ 'ਚ ਹੱਥ ਪਾਏ ਕਿ ਕਦੇ ਮਿੱਟੀ ਵੀ ਲੱਗੀ ਹੱਥਾਂ ਨੂੰ? ਮੈਂ ਉਹ ਸਾਰੀਆਂ ਗੱਲਾਂ ਪੁੱਛਣੀਆਂ, ਆਪਾਂ ਤੁਰ ਕੇ ਚੱਲਦੇ ਉੱਧਰਲੇ ਪਾਸੇ ਨੂੰ ਜੀ ਨਾਲ ਨਾਲ। ਅੱਛਾ, ਮੈਨੂੰ ਇਹ ਦੱਸਿਓ ਕਿ ਗਰਮੀ ਕਿੰਨੀ ਕੁ ਹੋ ਜਾਂਦੀ ਹੈ ਫਰਿਜ਼ਨੋ ਦੇ ਵਿੱਚ, ਅਤੇ ਸਿਆਲ ਕਿੰਨਾ ਕੁ, ਜਾਣੀ ਬਰਫ਼ਾਂ ਬਰਫ਼ਾਂ ਪੂਰੀਆਂ ਪੈਂਦੀਆਂ? ਆਹ ਜਿਹੜਾ ਏਰੀਆ ਆ ਇਹ ਪਰਮਾਤਮਾ ਦੀ ਕਿਰਪਾ ਨਾਲ ਖੇਤੀਬਾੜੀ ਦਾ ਏਰੀਆ ਸਾਰਾ, ਠੀਕ ਹੈ ਜੀ। ਇੱਥੇ ਜੇ ਬਰਫ਼ ਪੈ ਜਾਏ ਤਾਂ ਫਿਰ ਬੂਟਿਆਂ ਨੇ ਸਰਵਾਈਵ ਨਹੀਂ ਕਰਨਾ, ਨੁਕਸਾਨ ਹੋਊਗਾ। ਕੋਰਾ ਪੈ ਜਾਂਦਾ, ਠੀਕ ਹੈ ਜੀ, ਹਾਂਜੀ, ਅਤੇ ਮੀਂਹ ਪੈਂਦਾ, ਧੁੰਦਾਂ ਪੈਂਦੀਆਂ ਜੀ, ਤਾਂ ਬਰਫ਼ ਜਿਹੜੀ ਆ ਉਹ ਇੱਥੋਂ ਕੋਈ 60-70 ਕੁ ਮੀਲ ਪਹਾੜੀ ਪੈਂਦੀ ਆ, ਉਹਦੇ 'ਤੇ ਬੜੀ ਬਰਫ਼ ਆ। ਉਹ ਜਿਹੜੀ ਲੋਸ ਏਂਜਲਸ ਤੋਂ ਆਉਂਦੇ ਆ ਨਾ, ਆਹ ਵਾਲੀ ਆ ਇੱਧਰ, ਠੀਕ ਹੈ ਜੀ, ਹਾਂਜੀ, ਇਹਨੂੰ ਜਸੈਂਪਟੀ ਪਾਰਕ ਕਹਿ ਦਿੰਦੇ ਆ, ਠੀਕ ਹੈ ਜੀ। ਜਸੈਂਪਟੀ ਪਾਰਕ ਦੇ ਜਿਹੜੇ ਪਹਾੜ ਆ ਇਹਦੇ 'ਤੇ ਬਰਫ਼ਾਂ ਪੈਂਦੀਆਂ ਜੀ, ਉਹ ਬਰਫ਼ ਦਾ ਪਾਣੀ ਜਿਹੜਾ ਆ ਉਹ ਸਾਨੂੰ ਗਰਮੀਆਂ ਦੇ ਵਿੱਚ ਨਹਿਰਾਂ 'ਚ ਵਰਤਣ ਨੂੰ ਮਿਲਦਾ। ਅੱਛਾ, ਖੇਤਾਂ ਨੂੰ ਲੱਗਦਾ ਜੀ, ਠੀਕ ਹੈ। ਜਿਸ ਸਾਲ ਅਸੀਂ ਬਰਫ਼ ਸਾਨੂੰ ਚੰਗੀ ਮਿਲ ਜਾਂਦੀ ਆ ਇਸ ਏਰੀਏ ਦੇ ਵਿੱਚ ਪਹਾੜੀ ਦੇ ਵਿੱਚ, ਅਤੇ ਉਸ ਸਾਲ ਸਾਨੂੰ 12 ਮਹੀਨੇ ਪਾਣੀ ਮਿਲ ਜਾਂਦਾ ਨਹਿਰ ਦਾ, ਖੇਤਾਂ ਨੂੰ ਲਾਉਣ ਲਈ। ਉਹੀ ਸੋਰਸ ਆ ਸਾਡਾ ਜਿਹੜਾ ਨਹਿਰੀ ਦਾ ਜੀ, ਬਾਕੀ ਖੂਹ ਲੱਗੇ ਹੋਏ ਆ, ਖੂਹ ਦਾ ਪਾਣੀ ਵੀ ਹੈਗਾ ਜੀ, ਖੂਹ ਦਾ ਪਾਣੀ। ਆਓ ਜੀ ਚੱਲਦੇ ਹਾਂ ਜੀ ਫਿਰ ਅੱਗੇ। ਲਓ ਜੀ, ਇਸ ਵੇਲੇ ਫਰਿਜ਼ਨੋ ਦੇ ਇੱਕ ਪਾਸੇ ਆਪਾਂ ਸਿੱਧੇ ਤੌਰ ਦੇ ਉੱਤੇ ਜੇ ਦੇਖੀਏ ਤਾਂ ਫਾਰਮ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ। ਮੈਨੂੰ ਇਹ ਦੱਸਿਓ, ਦਰੱਖਤ ਕਾਹਦਾ ਬਾਗ ਕਾਹਦਾ ਹੈ ਜੀ ਇਹ? ਇੱਦਾਂ ਤਾਂ ਸਮਝ ਨਹੀਂ ਆਉਂਦੀ। ਹਾਂਜੀ, ਇਹ ਬਦਾਮਾਂ ਦਾ ਬਾਗ ਹੈ ਜੀ। ਕਿਆ ਬਾਗ! ਹਾਂਜੀ, ਇਹ ਨਵੀਂ ਵਰਾਇਟੀ ਚੱਲੀ ਆ, ਠੀਕ ਹੈ ਜੀ। ਇਹਦਾ ਨਾਮ ਹੈਗਾ ਇੰਡੀਪੈਂਡੈਂਟ, ਠੀਕ ਹੈ। ਇਹਦਾ ਮਤਲਬ ਆ ਭਈ ਇਹਨੂੰ ਪੋਲੀਨੇਸ਼ਨ ਦਾ, ਮੱਖੀਆਂ ਦਾ ਸਹਾਰਾ ਘੱਟ ਲੈਣਾ ਪੈਣਾ, ਠੀਕ ਹੈ ਜੀ। ਲੋੜ ਨਹੀਂ ਹੈਗੀ। ਹਾਂਜੀ, ਠੀਕ ਹੈ ਜੀ। ਅਤੇ ਨਹੀਂ ਤਾਂ ਆਮ ਤੌਰ 'ਤੇ ਸਾਨੂੰ ਮੱਖੀਆਂ ਜਿਹੜੀਆਂ ਉਹ 2 ਮਹੀਨੇ ਲਈ ਅਸੀਂ ਰੈਂਟ ਕਰਦੇ ਹਾਂ। ਅੱਛਾ, ਕਿਸੇ ਦੀਆਂ ਮੱਖੀਆਂ ਲਿਆ? ਹਾਂਜੀ, ਇਹ ਇੱਕ ਉਹਨਾਂ ਦਾ ਬਿਜ਼ਨਸ ਆ, ਠੀਕ ਹੈ ਜੀ। ਅਤੇ ਉਹਦੇ ਨਾਲ ਉਹ ਆਪਣਾ ਸਾਰਾ ਸਾਲ ਉਹ ਵੱਖਰੇ ਵੱਖਰੇ ਥਾਂ 'ਤੇ ਲਿਜਾਂਦੇ ਆ ਜੀ, ਪਰ ਫਰਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਕਈ ਵਾਰੀ ਉਹ ਇੱਥੇ ਫਿਰ ਮੱਖੀਆਂ ਰਹਿਣ ਦਿੰਦੇ ਆ, ਉਹਦੇ ਨਾਲ ਫਿਰ ਪੋਲੀਨੇਸ਼ਨ ਹੁੰਦੀ ਆ। ਮੱਖੀ ਨੂੰ ਨਹੀਂ ਪਤਾ ਜੀ ਵੀ ਮੈਂ ਕੀ ਕਰ ਰਹੀ ਹਾਂ ਜੀ। ਮੱਖੀ ਬੈਠਦੀ ਆ ਇੱਕ ਫੁੱਲ 'ਤੇ, ਉਹਨੇ ਫਿਰ ਦੂਜੇ ਫੁੱਲ 'ਤੇ ਬੈਠਣਾ ਜੀ। ਇਹ ਮੱਖੀ ਇੱਕ ਇੰਨੀ ਸਿਆਣੀ ਆ ਇਹ, ਜਿਹੜੀ ਜਿਸ ਫੁੱਲ 'ਤੇ ਇੱਕ ਵਾਰੀ ਬੈਠ ਗਈ ਉਹ ਦੂਜੀ ਵਾਰੀ ਨਹੀਂ ਉੱਥੇ ਬੈਠਣਾ, ਦੂਜੀ ਵਾਰੀ ਨਹੀਂ। ਹਾਂਜੀ, ਉਹਦੇ ਲੱਤਾਂ ਨੂੰ ਪੋਲਨ ਲੱਗ ਜਾਂਦਾ, ਉਹ ਦੂਜੇ ਫੁੱਲ ਨੂੰ ਫਿਰ ਜਾ ਕੇ ਟੱਚ ਕਰਦਾ ਜੀ, ਅਤੇ ਉਹ ਫਿਰ ਨਟ ਬਣ ਜਾਂਦਾ। ਹਾਂਜੀ। ਅੱਛਾ, ਇਹ ਇੱਕ ਕਿੰਨਾ ਪੁਰਾਣਾ ਬੂਟਾ ਹੈ, ਜਿਹਦੀ ਉਮਰ ਕਿੰਨੀ ਹੈ ਬਦਾਮਾਂ ਦੇ ਬੂਟੇ ਦੀ? 2016 'ਚ ਪਲਾਂਟ ਕੀਤੇ ਆ ਜੀ, ਠੀਕ ਹੈ, ਆਪੇ ਕੀਤੇ ਆ। ਪਹਿਲਾਂ ਇੱਥੇ ਅੰਗੂਰ ਹੁੰਦੇ ਸੀ, ਠੀਕ ਹੈ ਜੀ। ਹਾਂਜੀ, ਅਸੀਂ ਚੈਂਪੀਅਨ, ਜਿਹੜੇ ਅੰਗੂਰ ਚੈਂਪੀਅਨ ਬਣਦੀ ਆ ਉਹ ਅੰਗੂਰ ਇੱਥੇ ਹੁੰਦੇ ਸੀ ਪਹਿਲਾਂ, ਠੀਕ ਹੈ ਜੀ। ਅਤੇ ਇਹਨੂੰ ਕਦੋਂ ਬਦਾਮ ਤੋੜਨ ਵਾਲੇ ਹੁੰਦੇ ਆ, ਕਦੋਂ ਲੱਗਦੇ ਆ ਜੀ? ਇਹ ਫੁੱਲ ਤਾਂ ਇਹਦਾ ਜੀ ਫਰਵਰੀ ਐਂਡ ਦੇ ਵਿੱਚ ਸ਼ੁਰੂ ਹੋ ਜਾਣੇ ਆ, ਜਿੱਦਾਂ ਨਿਕਲਣੇ ਜਾਂ ਫਰਵਰੀ ਦੇ ਮਿਡਲ ਵਿੱਚ, ਹੈ ਨਾ, ਤਾਂ ਮੌਸਮ 'ਤੇ ਡਿਪੈਂਡ ਆ। ਜੇ ਤਾਂ ਫਰਾਸਟ ਪਈ ਗਈ ਫਿਰ ਤਾਂ ਇਹ ਲੇਟ ਹੋ ਹੀ ਜਾਣਾ, ਅਤੇ ਜੇ ਫਰਾਸਟ ਨਾ ਪਈ ਤਾਂ ਇਹ ਮੋਰਲੇ ਮਹੀਨੇ ਦੇ ਅੱਧ ਵਿੱਚ ਫੁੱਲ ਨਿਕਲਣੇ ਸ਼ੁਰੂ ਹੋ ਜਾਣੇ ਆ। ਸੁੰਦਰ ਭਾਜੀ, ਮੰਨ ਲਓ ਤੁਹਾਡਾ ਪੇਪਰ ਹੀ ਆ ਅੱਜ, ਮੇਰੇ ਨਾਲ ਜੇ ਥੱਲੇ ਤੁਸੀਂ ਬਹਿ ਸਕੋ, ਆਹ 2 ਪਾਈਪਾਂ ਕਾਲੇ ਰੰਗ ਦੀਆਂ ਵਿਛਾਈਆਂ, ਇਹ ਕਾਹਦੇ ਲਈ ਨੇ ਜੀ? ਇਹ ਜੀ ਡ੍ਰਿਪ ਸਿਸਟਮ ਆ ਜੀ, ਪਾਣੀ ਲਾਉਣ ਲਈ ਬੂਟੇ ਨੂੰ। ਹਾਂਜੀ, ਅੱਛਾ ਜੀ, ਹਾਂਜੀ। ਇਹ ਪਰ 2 ਕਿਉਂ ਆ? 2 ਕਿਉਂਕਿ ਇੱਕ ਨਾਲ ਪਾਣੀ ਉਨਾ ਪੈਂਦਾ ਨਹੀਂ, 2 ਨਾਲ ਫਿਰ ਦੋਨੇ ਪਾਸੇ ਬੂਟਿਆਂ ਨੂੰ ਪਾਣੀ ਪੈਂਦਾ। ਹਾਂਜੀ, ਜਦੋਂ ਅਸੀਂ ਪੰਜਾਬ ਦੇ ਵਿੱਚ, ਮੈਂ ਮਾੜਾ ਮੋਟਾ ਖੇਤੀ ਮੈਂ ਬਹੁਤੀ ਨਹੀਂ ਕੀਤੀ ਉੱਦਾਂ ਪਤਾ, ਉਦੋਂ ਇਹ ਹੁੰਦਾ ਸੀ ਕਿ ਅਸੀਂ ਮੁੱਢ 'ਤੇ ਪਾਣੀ ਪਾਈਦਾ ਸੀ, ਤੁਸੀਂ ਆਹ ਪਾਈਪਾਂ ਦੂਰ ਦੂਰ ਰੱਖੀਆਂ ਆ। ਦੂਰ ਨਹੀਂ, ਇਹ ਪਾਣੀ ਰਚ ਕੇ ਥੱਲੇ ਜਾਂਦਾ ਹੈਗਾ ਜੀ, ਕਿਉਂਕਿ ਡ੍ਰਿਪ 24 ਘੰਟੇ ਤੋਂ 48 ਘੰਟੇ ਅਸੀਂ ਪਾਣੀ ਗਰਮੀਆਂ ਨੂੰ ਲਾਉਂਦੇ ਹਾਂ। 24 ਤੋਂ 48 ਘੰਟੇ ਬਾਅਦ? ਹਾਂ ਨਹੀਂ ਜੀ, ਹਾਂਜੀ, ਜਾਂ ਪਹਿਲਾਂ 24 ਘੰਟੇ ਲਾਉਂਦੇ ਹਾਂ, ਜਦੋਂ ਜ਼ਿਆਦਾ ਗਰਮੀ ਪੈਂਦੀ ਫਿਰ 48 ਘੰਟੇ ਵੀ ਪਾਣੀ ਲਗਾਤਾਰ ਲੱਗਦਾ ਜੀ। ਠੀਕ ਹੈ ਜੀ, ਅਤੇ ਇਹਨੂੰ ਖਾਦ ਪਾਉਣ ਦਾ, ਕੋਈ ਦਵਾਈ ਪਾਉਣ ਦਾ ਬਿਮਾਰੀ ਬਮੂਰੀ ਤੋਂ ਬਚਾਉਣ ਲਈ, ਉਹਦੀ ਕੋਈ ਪਾਈਪ ਪੂਈਪ ਨਹੀਂ ਦੀਦੀ? ਇਹਦੇ ਵਿੱਚ ਹੀ ਖਾਦ ਪੈ ਜਾਂਦੀ ਆ। ਅੱਛਾ, ਉੱਦਾਂ ਖੇਤੀ ਦਾ ਜ਼ਿਆਦਾ ਅੰਮ੍ਰਿਤਪਾਲ ਦੱਸ ਸਕਦਾ ਜੀ, ਅੰਮ੍ਰਿਤਪਾਲ 'ਤੇ, ਕਿਉਂਕਿ ਮੈਂ ਖੇਤੀ ਵਿੱਚ ਨਾਲ ਹੈਗਾ, ਪਰ ਮੈਂ ਕਰਦਾ ਨਹੀਂ ਹੈਗਾ, ਮੈਂ ਟਰੈਕਿੰਗ ਦੇ ਸਾਈਡ 'ਤੇ ਆ। ਹਾਂਜੀ, ਤੁਹਾਨੂੰ ਪਰ ਜ਼ਿਆਦਾ ਮੈਂ ਇਸ ਕਰਕੇ ਉਹਦਾ ਮੈਨੂੰ ਪਤਾ ਹੈਗਾ ਥੋੜ੍ਹਾ ਬਹੁਤਾ, ਬਟ ਫਾਰਮ ਇਹੀ ਸਾਹਮਣੇ। ਜਾਣੀ ਕਹਿਣ ਦਾ ਭਾਵ ਆ ਕਿ ਸ਼੍ਰੇਣੀਆਂ ਮੰਡੀਆਂ, ਕਿ ਭਾਈ ਇੱਧਰਲੇ ਪਾਸੇ ਦਾ ਸਭ ਤੁਹਾਡੇ ਦੇ ਰਹਿਣਾ, ਇੱਧਰਲੇ ਤੁਹਾਡੇ ਦੇ ਰਹਿਣਾ। ਬਿਲਕੁਲ ਭਾਅ ਜੀ, ਮੈਨੂੰ ਇਹ ਦੱਸੇ, ਹਾਂਜੀ, ਜਿਹੜੀ ਦੂਰੀ ਆ ਨਾ, ਹਾਂਜੀ, ਇਸ ਕਰਕੇ ਜੇ ਨੇੜੇ ਚੱਲ ਗਿਆ, ਹਾਂਜੀ, ਅਤੇ ਇਹਦੇ ਤਣਾ ਜਿਹੜਾ ਆ ਇਹਨੂੰ ਟਰੰਕ ਕਹਿ ਦਿੰਦੇ ਆ, ਠੀਕ ਹੈ, ਇਹਦੇ ਵਿੱਚੋਂ ਗੂੰਦ ਨਿਕਲਣਾ ਪੈਂਦਾ, ਉਹਨੂੰ ਪਠਾਫਰਾ ਕਹਿੰਦੇ ਆ, ਠੀਕ ਹੈ ਜੀ। ਜ਼ਿਆਦਾ ਨੇੜੇ ਪਾਣੀ ਪੈਣ ਨਾਲ ਬੂਟਾ ਖਰਾਬ ਹੁੰਦਾ, ਬੂਟਾ ਖਰਾਬ ਹੁੰਦਾ, ਦੂਰ ਰੱਖਣਾ ਜੀ।
ਬਦਾਮ ਇਹੋ ਜਿਹਾ ਆ, ਇਹਨੂੰ ਪਾਣੀ ਚਾਹੀਦਾ ਵੀ ਆ, ਬੁੱਲ ਗਿੱਲੇ ਚਾਹੀਦੇ ਆ, ਪਰ ਢਿੱਡ ਨਹੀਂ ਭਰਨਾ ਜ਼ਿਆਦਾ ਚਾਹੀਦਾ। ਇੱਦਾਂ ਕਦਾ ਬੂਟਾ ਹੈਗਾ ਇਹ, ਹੈ ਨਾ। ਅੱਛਾ, ਇੱਕ ਹੋਰ ਦੱਸਿਓ ਕਿ ਇੱਕ ਬੂਟੇ ਤੋਂ ਕਿੰਨੇ ਕੁ ਬਦਾਮ ਹੋ ਜਾਂਦੇ ਆ ਬਦਾਮ ਦੀ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਮੌਸਮ ਦੇ ਉੱਤੇ ਬਹੁਤ ਕੁਛ ਨਿਰਭਰ ਕਰਦਾ। ਜੇ ਗਰਮੀ ਜ਼ਿਆਦਾ ਹੋ ਗਈ, ਮੰਨ ਲਓ ਕਣਕ ਹੁੰਦੀ ਹੈ, ਜੇ ਉਦੋਂ ਗਰਮੀ ਇੱਕਦਮ ਜ਼ਿਆਦਾ ਹੋ ਗਈ ਤਾਂ ਕਈ ਵਾਰੀ ਦਾਣਾ ਜਿਹੜਾ ਉਹ ਸੁੱਕਾ ਜਿਹਾ ਰਹਿ ਜਾਂਦਾ, ਪ੍ਰੋਡਕਸ਼ਨ ਉਹਦੀ ਘੱਟ ਜਾਂਦੀ ਆ। ਇੱਥੇ ਇਹਨੂੰ ਮੌਸਮ ਦੇ ਉੱਤੇ ਕੋਈ ਨਿਰਭਰ ਕਰਦਾ ਕਿ ਬਦਾਮ ਨੂੰ ਕੋਈ ਫਰਕ ਨਹੀਂ ਪੈਂਦਾ? ਮੌਸਮ 'ਤੇ ਬਹੁਤ ਡਿਪੈਂਡ ਹੈ ਜੀ। ਠੀਕ ਹੈ ਜੀ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਿਹਾ ਨਾ ਬਈ ਹੁੱਲ ਗਈ ਕਣਕ ਕਹਿੰਦੇ ਨਾ, ਅਤੇ ਉਹ ਮੈਂ ਪੁਰਾਣੀ ਭਾਸ਼ਾ ਬੋਲਦਾ, ਇਹ ਵੀ ਇੱਦਾਂ ਹੀ ਆ। ਜਦੋਂ ਤੋੜਨ ਦੇ ਨੇੜੇ ਜਾਂਦੇ ਆ, ਕਿਤੇ ਗਰਮੀ ਜ਼ਿਆਦਾ ਪੈ ਜਾਏ, ਇਹ ਸ਼ਰਿੰਕ ਹੋ ਜਾਂਦੇ ਆ। ਠੀਕ ਹੈ। ਸ਼ਰਿੰਕ ਜੇ ਤਾਂ ਗਿਰੀ ਉੱਤੇ ਝੁਰੜੀਆਂ ਪੈ ਗਈਆਂ, ਬਲ ਪੈ ਗਏ ਜੀ, ਮੰਨ ਲਓ ਵੀ ਭਾਰ ਘੱਟ ਗਿਆ, ਤਾਂ ਜੇ ਉਹ ਪੂਰੀ ਐਨ ਹੈਲਥੀ ਆ ਜੀ, ਫਿਰ ਉਹਦਾ ਭਾਰ ਪੂਰਾ ਆ ਜੀ। ਅਤੇ ਇਹ ਇਹ ਉਦੋਂ ਦੇ ਮੌਸਮ 'ਤੇ ਡਿਪੈਂਡ ਹੈਗਾ, ਜਿੱਦਾਂ ਜ਼ਿਆਦਾ ਜ਼ਿਆਦਾ ਜਿਹੜਾ ਹੈਗਾ ਆ। ਅਤੇ ਬਾਕੀ ਜਿਹੜੀ ਇਹਦੇ ਉੱਪਰ ਅਸੀਂ ਫੁੱਲਾਂ 'ਤੇ ਇੱਕ ਤੋਂ ਦੋ ਸਪਰੇਆਂ, ਜੇ ਲੋੜ ਪੈ ਜਾ ਤਿੰਨ ਸਪਰੇਆਂ ਵੀ ਕਰਦੇ ਹਾਂ। ਅਤੇ ਉਦੋਂ ਬਾਅਦ ਫਿਰ ਅਸੀਂ ਅਪ੍ਰੈਲ ਮਈ ਦੇ ਵਿੱਚ ਇੱਕ ਸਪਰੇਅ ਕਰਦੇ ਹਾਂ ਵੀ ਇਹਨੂੰ ਕੋਈ ਹੋਰ ਬਿਮਾਰੀ ਨਾ ਲੱਗੇ, ਹੈ ਨਾ। ਫਿਰ ਅਸੀਂ ਇਹਦੇ ਵਿੱਚ ਜੂਨ ਦੇ ਵਿੱਚ ਇੱਕ ਸਪਰੇਅ ਕਰਦੇ ਹਾਂ ਵੀ ਉਹ ਸੁੰਡੀ ਜਿਹੜੀ ਆ ਉਹ ਨੱਟ ਦੇ ਵਿੱਚ ਨਾ ਵੜ ਜਾਏ। ਠੀਕ। ਅੱਛਾ, ਉਹ ਜਿਹੜੀਆਂ ਸਪਰੇਆਂ ਨੇ ਉਹ ਫਿਰ ਦੁਕਾਨ 'ਤੇ ਜਾਂਦੇ, ਉਹ ਦੱਸ ਦਿੰਦਾ ਕਿ ਭਾਈ ਆ ਇੱਕ ਗਲਾਸੀ ਜੀ ਪਾ ਦੇਣੀ ਹੈ ਇਹਦੇ ਵਿੱਚ, ਤਾਂ ਇੰਨੇ ਪਾਣੀ 'ਚ ਘੋਲ ਕੇ ਪਾ ਦੇਣੀ ਆ, ਕਿ ਕਿਤੇ ਉਹ ਇੰਸਟਰਕਸ਼ਨਾਂ ਆਉਂਦੀਆਂ ਸਰਕਾਰ ਵਾਲੇ ਪਾਸੇ? ਰਿਕਮੈਂਡੇਸ਼ਨ ਸਰਕਾਰ ਵੱਲੋਂ ਵੀ ਹੁੰਦੀਆਂ ਉੱਦਾਂ, ਪਰ ਜ਼ਿਆਦਾਤਰ ਆਪਾਂ ਪੀ ਸੀ ਏ ਜਿਹੜੇ ਆ, ਹਾਂਜੀ, ਸਾਡੇ ਕੋਲ ਪ੍ਰਾਈਵੇਟ ਵੀ ਆ ਵੱਡੀ ਖੇਤੀ ਕਰਕੇ। ਠੀਕ ਹੈ ਜੀ। ਅਤੇ ਉਹਨਾਂ ਦਾ ਪੀ ਸੀ ਏ ਵੀ ਮਿਲ ਜਾਂਦਾ, ਜਿਹੜਾ ਹਦਾਇਤਾਂ ਦੇ ਮੁਤਾਬਕ ਚੱਲਣਾ, ਵਾਧੂ ਨਹੀਂ, ਵਾਧੂ ਨਹੀਂ ਕਰ ਸਕਦੇ। ਅਤੇ ਕਦੇ ਇਹਦੇ ਭਾਅ ਦੇ ਵਿੱਚ, ਕਿਉਂਕਿ ਸਾਡੇ ਲਈ ਤਾਂ ਬਦਾਮ ਪਿੰਡ 'ਚ ਰਹਿੰਦੇ ਤਾਂ ਮਹਿੰਗੇ ਹੀ, ਅਸੀਂ ਦੇਖਿਆ ਜੀ, ਯਾਨੀ ਬਦਾਮ ਜਿੱਦਣ ਕਿਤੇ ਆ ਜਾਣਾ ਅਤੇ ਉੱਦਣ ਸਾਰੇ ਘਰ 'ਚ ਰੌਲਾ ਪੈ ਜਾਂਦਾ ਇਹ ਬਦਾਮ ਖਾਣਾ, ਯਾਨੀ ਬਦਾਮ ਦਾ ਭਾਅ ਵੀ ਉੱਪਰ ਥੱਲੇ ਕਦੇ ਹੋ ਜਾਂਦਾ ਕਿ ਫਿਕਸ ਹੁੰਦਾ ਜੀ? ਮੈਂ ਭਾਅ ਵੀ ਦੱਸਦਾ, ਪਹਿਲਾਂ ਦੱਸਦਾ, ਜਦੋਂ ਸਾਡੇ ਬਦਾਮ ਆਉਂਦੇ ਹੁੰਦੇ ਤਾਂ ਸਾਡੀ ਬੀਬੀ ਨੇ ਕਹਿਣਾ ਇਹ ਇੱਕੋ ਵਾਰੀ ਨਹੀਂ ਖਾਈਦਾ ਹੁੰਦਾ, ਇਹਨੂੰ ਦੋ ਤਿੰਨ ਦੰਦੀਆਂ ਵੱਢਣੀਆਂ। ਉਹਦਾ ਮੇਨ ਮਕਸਦ ਇਹੀ ਹੁੰਦਾ ਸੀ ਵੀ ਹੌਲੀ ਹੌਲੀ ਖਾਓ। ਉਹ ਮਿਲਦੇ ਉਦੋਂ ਹੁੰਦੇ ਸੀ ਜਦੋਂ, ਹੈ ਨਾ, ਢੇਰ ਪਾਉਣਾ, ਜ਼ੋਰ ਦਾ ਕੰਮ ਕਰਨਾ, ਜਾਂ ਕਣਕ ਦੀ ਵਾਢੀ ਦੇ ਵਿੱਚ ਉਦੋਂ ਕਹਿਣਾ ਕੱਦੂ ਕਰਨਾ ਜਦੋਂ ਜਾਨ ਲੱਗੀ ਹੋਣੀ, ਬਸ ਬਸ ਉਦੋਂ ਕਹਿਣਾ। ਅਤੇ ਅੱਛਾ, ਹੁਣ ਆਪਾਂ ਆ ਜਾਂਦੇ ਹਾਂ ਭਾਅ 'ਤੇ, ਹੈ ਨਾ। ਭਾਅ ਦਾ ਇਹਦਾ ਇੱਦਾਂ ਆ ਜੀ ਵੀ ਜਿਹੜੇ ਗਰੋਵਰ ਤੋਂ ਆ ਉਹ ਤਾਂ ਸਾਨੂੰ ਹਜੇ ਵੀ $2 ਮਸੀਂ ਇੱਕ ਵਰਾਇਟੀ ਦੇ ਮਿਲ ਰਹੇ ਆ। ਦੂਜੀ ਵਰਾਇਟੀ ਜਿਹੜੀ ਆ ਉਹ ਮਿਲਦੀ ਹੈਗੀ ਆ, ਉਹਦਾ ਭਾਅ ਹੈਗਾ ਜੀ $65। ਠੀਕ ਹੈ ਜੀ। ਕਿਲੋ ਲੋ ਨਹੀਂ, ਪੌਂਡ ਦਾ, ਪੌਂਡ ਦਾ। ਠੀਕ ਹੈ ਜੀ। ਅਤੇ ਪਰ ਅੱਜ ਕਾਸਕੋ 'ਚ, ਅਮੈਰੀਕਾ 'ਚ ਚਲ ਜਾਓ, ਕਿਸੇ ਸਟੋਰ 'ਤੇ ਚਲ ਜਾਓ, $7-8 ਤੋਂ ਪੌਂਡ ਘੱਟ ਨਹੀਂ ਹੈਗਾ, 4 ਗੁਣਾ ਵੱਧ ਵੱਧ ਆ। ਉਹ ਬਦਾਮ ਤੁਹਾਡੇ ਵਾਲਾ ਹੀ ਹੈ? ਹਾਂਜੀ, ਸੇਮ ਹੀ ਆ। ਹਾਂਜੀ ਹਾਂਜੀ। ਅਤੇ ਜ਼ਿਆਦਾਤਰ ਜਿਹੜੀ ਕਿਸਾਨ ਦੀ ਜ਼ਿੰਦਗੀ ਆ ਉਹ ਦੁਨੀਆ ਭਰ ਵਿੱਚ ਸੇਮ ਹੀ ਆ, ਹਾਲਾਤ ਉਹੀ ਨੇ। ਜਿਹੜੇ ਮਿਡਲ ਮੈਨ ਆ ਜੀ, ਮਾਰਕੀਟਿੰਗ ਵਾਲੇ ਆ, ਉਹਨਾਂ ਦਾ ਕਾਫੀ ਕੰਟਰੋਲ ਆ। ਠੀਕ ਹੈ। ਹਾਂਜੀ। ਅੱਛਾ, ਇਹਦੇ ਵਿੱਚ ਹੱਥੀਂ ਵੀ ਕੋਈ ਕੰਮ ਕਰਨਾ ਪੈਂਦਾ ਬਦਾਮਾਂ ਦੀ ਖੇਤੀ ਦੇ ਵਿੱਚ, ਕਿ ਯਾਨੀ ਸਾਰਾ ਕੁਛ ਮਸ਼ੀਨਾਂ ਹੀ ਤੋੜਦੀਆਂ, ਮਸ਼ੀਨਾਂ ਹੀ ਦਵਾਈ ਪਾਉਂਦੀਆਂ, ਮਸ਼ੀਨਾਂ ਹੀ ਪਾਣੀ ਪਾਉਂਦੀਆਂ, ਅਤੇ ਘਾਹ ਘੂਹ ਜੇ ਵੱਢਣਾ ਕਿਤੇ ਗੋਡੀ ਗਾਡੀ ਕੋਈ ਕਰਨੀ, ਕੋਈ ਹੱਥੀਂ ਕੰਮ ਹੈਗਾ? ਹੱਥੀਂ ਇਹਦੇ ਵਿੱਚ ਇਹ ਕੰਮ ਹੈਗਾ ਜੀ, ਜੀ ਜਿੱਦਾਂ ਹੁਣ ਇਹ ਟਰੀ ਤਾਂ ਹੈਗੇ ਆ ਹਜੇ ਨਵੇਂ ਜੀ, ਜਦੋਂ ਪੁਰਾਣੇ ਟਰੀ ਹੋ ਜਾਂਦੇ ਆ ਨਾ ਇਹਦੇ ਵਿੱਚ ਫਿਰ ਛਿਟੀਆਂ ਨਿਕਲਣ ਲੱਗ ਪੈਂਦੀਆਂ ਵਾਧੂ। ਠੀਕ ਹੈ ਜੀ। ਉਹ ਫਿਰ ਹੱਥੀਂ ਕੱਟ ਕੇ ਨਾ ਜੀ ਇੱਥੇ ਗੱਬੇ ਸੁੱਟ ਦੇਣੀਆਂ। ਓਕੇ। ਫਿਰ ਉਹ ਦੂਸਰੀ ਮਸ਼ੀਨ ਆਉਂਦੀ ਆ, ਉਹਦਾ ਪਾਊਡਰ ਬਣਾ ਦਿੰਦੀ ਆ। ਠੀਕ। ਇੱਥੇ ਵਿੱਚੇ ਵਿੱਚੇ? ਹਾਂਜੀ। ਠੀਕ ਹੈ ਜੀ। ਇੱਥੇ ਉਹਨੇ ਲੰਘੀ ਜਾਣਾ, ਨਾਲੇ ਪਾਊਡਰ ਬਣਾ ਦੇਣਾ, ਨਾਲੇ ਪਾਊਡਰ ਬਣਾ। ਉਹ ਜਿਹੜਾ ਜ਼ਿਆਦਾ ਹੱਥੀਂ ਕੰਮ ਹੈਗਾ। ਠੀਕ ਹੈ। ਬਾਕੀ ਸਾਡੇ ਕੋਲ ਝਾੜਨ ਵਾਲੀਆਂ ਵੀ ਮਸ਼ੀਨਾਂ ਜੀ, ਇਕੱਠੇ ਕਰਨ ਵਾਲੀਆਂ ਵੀ, ਇੱਦਾਂ ਬਲੋ ਕਰਨਾ, ਉੱਧਰ ਗੱਬੇ ਚਲ ਜਾਣਾ, ਦੂਜੇ ਪਾਸਿਓਂ ਉਧਰੋਂ ਬਲੋ ਕਰਕੇ ਗੱਬੇ ਬੱਟ ਬਣ ਜਾਣੀਆਂ ਜੀ, ਮਸ਼ੀਨ ਨੇ ਚੱਕੀ ਜਾਣਾ। ਬਿਲਕੁਲ। ਆਪਾਂ ਤੁਰਦੇ ਹਾਂ ਜੀ ਅੱਗੇ ਨੂੰ। ਅੱਛਾ, ਮੈਨੂੰ ਇੱਕ ਇਹ ਦੱਸਿਓ ਸੰਦਰ ਭਾਈ, ਆਇਓ ਨਾਲ ਹੀ, ਮੈਨੂੰ ਇਹ ਵੀ ਦੱਸਿਓ ਕਿ ਹੁਣ ਬਦਾਮਾਂ ਦੀ ਖੇਤੀ ਕਿੰਨੇ ਖੇਤਾਂ 'ਚ ਜੀ ਇਸ ਏਕੜ 'ਚ? ਇਹ ਬਦਾਮਾਂ ਦੀ ਖੇਤੀ ਕੋਈ 1400-1500 ਏਕੜ ਦੇ ਵਿੱਚ ਕਰਦੇ। ਠੀਕ ਹੈ ਜੀ। ਹਾਂਜੀ। ਅਤੇ ਹੁਣ ਹੱਥੀਂ ਕੰਮ ਥੋੜ੍ਹੀ ਕਰਨਾ ਪੈਂਦਾ ਹੋਣਾ, ਜਾਂ ਕਦੀ ਖੇਤਾਂ 'ਚ ਹੱਥੀਂ ਕੰਮ ਕੀਤਾ ਜਦੋਂ ਦਾ ਖੇਤੀਬਾੜੀ ਸ਼ੁਰੂ ਕੀਤੀ ਆ? ਕੰਮ ਅਸੀਂ ਜੇ ਲੋੜ ਪਵੇ ਤਾਂ ਕਰ ਵੀ ਲਈਦਾ, ਅਤੇ ਇੱਦਾਂ ਨਹੀਂ ਹੈਗਾ। ਉੱਦਾਂ ਅਸੀਂ 16-16 ਘੰਟੇ ਜਦੋਂ ਹਾਰਵੈਸਟ ਚੱਲਦੀ ਆ ਬਦਾਮ ਝਾੜਦੇ ਹਾਂ ਜੀ, 15-16 ਘੰਟੇ ਰੋਜ਼ ਦੀ ਐਵਰੇਜ ਹੈ ਵੀ ਅਸੀਂ ਖੇਤਾਂ 'ਚ ਰਹਿੰਦੇ ਹਾਂ। ਕੀ ਬਾਤ ਹੈ, 15-16 ਘੰਟੇ? ਹਾਂਜੀ। ਅਤੇ ਉਹ 2.5 ਮਹੀਨੇ ਦਾ ਪ੍ਰੋਜੈਕਟ ਹੁੰਦਾ। ਠੀਕ ਹੈ ਜੀ। ਅਤੇ ਉਦੋਂ ਬਾਅਦ ਕੰਮ ਰੋਜ਼ੇ ਚੱਲਦਾ, ਹੁਣ ਵੀ ਰੋਜ਼ੇ ਚੱਲਦਾ? ਹਾਂਜੀ, ਕੁਛ ਨਾ ਕੁਛ ਚੱਲਦਾ ਰਹਿੰਦਾ। ਅਤੇ ਬਦਾਮਾਂ ਤੋਂ ਬਿਨਾਂ ਹੋਰ ਵੀ ਕੋਈ ਫਸਲ ਬੀਜਦੇ ਹੋ, ਜਾਂ ਕੋਈ ਬਾਗਬਾਨੀ ਦਾ ਕੁਛ ਹੋਰ ਵੀ ਆ, ਇਕੱਲੇ ਬਦਾਮ ਹੀ ਨੇ?
ਪਹਿਲਾਂ ਸਾਡੇ ਕੋਲ ਅੰਗੂਰ ਹੁੰਦੇ ਸੀ ਗ੍ਰੇਪਸ, ਠੀਕ ਹੈ ਜੀ, ਅਤੇ ਉਹ ਅਸੀਂ 2016 ਦੇ ਵਿੱਚ ਫਿਰ ਉਹਦੀ ਮਾਰਕੀਟ ਡਾਊਨ ਹੋਣ ਕਰਕੇ ਉਹ ਸਾਰਾ ਕੁਛ ਫਿਰ ਅਸੀਂ ਬਦਾਮਾਂ ਦੇ ਵਿੱਚ ਟ੍ਰਾਂਸਫਰ ਕਰ ਲਿਆ ਬਦਾਮਾਂ 'ਚ। ਹਾਂਜੀ ਹਾਂਜੀ, ਇਸ ਵੇਲੇ ਇਕੱਲੇ ਬਦਾਮ ਹੀ ਆ, ਇਕੱਲੇ ਬਦਾਮ ਹੀ ਆ। ਹਾਂਜੀ ਹਾਂਜੀ, ਜੇ ਕੋਈ ਕੰਮ ਕਰਨ ਨੂੰ ਬੰਦੇ ਲੱਭ ਪੈਂਦੇ ਆ, ਕਿਰਤੀ ਬੰਦੇ, ਜੇ ਕਿਤੇ ਵੱਧ ਬੰਦਿਆਂ ਦੀ ਸੀਜ਼ਨ ਦੇ ਵਿੱਚ ਲੋੜ ਹੋਵੇ? ਬਿਲਕੁਲ, ਜ਼ਿਆਦਾਤਰ ਆਪਾਂ ਨੂੰ ਸਕਿੱਲ ਚਾਹੀਦੇ ਹੁੰਦੇ ਆ, ਜਿਹਨਾਂ ਨੇ ਮਸ਼ੀਨਾਂ ਚਲਾਉਣੀਆਂ ਜੀ। ਹੁਣ ਅੱਜ ਕੱਲ੍ਹ ਤਾਂ ਆਪਣੇ ਪੰਜਾਬੀ ਮੁੰਡੇ ਵੀ ਆ ਗਏ ਆ ਜੀ, ਅਤੇ ਪਹਿਲਾਂ ਮੈਕਸੀਕਨ ਮੂਲ ਦੇ ਜਿਹੜੇ ਲੋਕ ਆ ਜੀ, ਉਹ ਕਾਫੀ ਮਿਹਨਤੀ ਆ, ਮਿਹਨਤੀ ਬੰਦੇ ਨੇ, ਮਿਹਨਤੀ ਇਮਾਨਦਾਰ ਵੀ ਨੇ। ਇਮਾਨਦਾਰੀ ਤਾਂ ਕੋਲ ਖੜਿਆਂ ਦੀ ਆ, ਅੱਛਾ, ਨਹੀਂ ਤਾਂ ਇਹ ਸਾਰੀਆਂ ਕੰਮਾਂ ਦੇ ਵਿੱਚ ਇਹੀ ਆ ਵੀ ਚੁੱਭੀ ਤਾਂ ਮਾਰੀ ਜਾਂਦੇ ਥੋੜ੍ਹੀ ਬਹੁਤੀ। ਹਾਂਜੀ ਹਾਂਜੀ, ਜੇ ਉਹਨਾਂ ਨੂੰ ਪਤਾ ਵੀ ਬੰਦਾ ਘੁੰਮਦਾ ਜੀ। ਅੱਜ ਕੱਲ੍ਹ ਇੱਕ ਹੋਰ ਚੀਜ਼ ਆਈ ਆ ਜੀ, ਆਪਣੇ ਵੀ ਹੁਣ ਉਹ ਲੱਗੀ ਵਾ, ਤੁਹਾਨੂੰ ਮਸ਼ੀਨ ਦੇ ਵਿੱਚ ਪਤਾ ਲੱਗ ਜਾਂਦਾ ਵੀ ਮਸ਼ੀਨ ਇਸ ਲਾਈਨ 'ਚ ਲੰਘੀ ਆ, ਇਸ ਲਾਈਨ ਵਿੱਚ ਨਹੀਂ ਚੱਲੀ। ਇਹ ਵੀ ਪਤਾ ਲੱਗ ਜਾਂਦਾ ਵੀ ਬੰਦਾ ਸਪਰੇ ਕਰ ਰਿਹਾ ਪਰ ਉਹਦੀ ਸਪਰੇ ਮਸ਼ੀਨ ਘੁੰਮ ਨਹੀਂ ਰਹੀ। ਅੱਛਾ ਜੀ, ਇੱਦਾਂ ਦੀ ਵੀ ਚੀਜ਼ ਹੈਗੀ ਆ, ਇਕੱਲੇ ਇਕੱਲੇ ਟਾਇਰੇ ਹੀ ਘੁੰਮ ਰਹੇ ਆ, ਉਹਦੀ ਸ਼ਾਫਟ ਨਹੀਂ ਘੁੰਮ ਰਹੀ ਜੀ। ਅਤੇ ਇਹ ਸਾਰਾ ਨਵਾਂ ਜਿਹੜੀ ਤਕਨੀਕ ਆ ਉਹ ਵੀ ਆ ਗਈ ਆ, ਉਹਦੇ ਵਿੱਚ ਇਹ ਵੀ ਪਤਾ ਲੱਗ ਜਾਂਦਾ ਵੀ ਸਾਰੀ ਦਿਹਾੜੀ ਦੇ ਵਿੱਚ ਇਹਨੇ ਕਿੰਨੀਆਂ ਬ੍ਰੇਕਾਂ ਲਈਆਂ, ਇਹ 8 ਘੰਟੇ ਦੀ ਇਹਦਾ ਕੰਮ ਆ ਤਾਂ ਇਹਨੇ 6 ਘੰਟੇ ਕੰਮ ਕੀਤਾ ਜਾਂ ਇਹਨੇ ਮਤਲਬ ਓਨੈਸਟੀ 1 ਘੰਟੇ ਦੀ ਬ੍ਰੇਕ ਹੀ ਲਈ ਆ, 7 ਘੰਟੇ ਕੰਮ। ਬਿਲਕੁਲ ਠੀਕ। ਹਾਂਜੀ ਹਾਂਜੀ ਠੀਕ ਹੈ। ਸੁੰਦਰ ਭਾਅ ਜੀ, ਤੁਸੀਂ ਮੈਨੂੰ ਇੱਕ ਚੀਜ਼ ਦੱਸਿਓ ਕਿ ਖੇਤੀ ਦਾ ਕਾਰੋਬਾਰ ਅਤੇ ਟਰੱਕਾਂ ਦਾ ਕਾਰੋਬਾਰ, ਕਿਉਂਕਿ ਖੇਤੀ ਦਾ ਕਾਰੋਬਾਰ ਖੇਤ ਨੇ, ਬਦਾਮਾਂ ਵਾਲੇ ਖੇਤ ਆ, ਤੁਹਾਨੂੰ ਪਤਾ ਕਿ ਘਰੋਂ ਨਿਕਲੇ ਪਏ ਇੱਥੇ ਆ ਗਏ, ਹੁਣ ਟਰੱਕ ਟਰਾਂਟੋ ਨੂੰ ਚੱਲਣ ਡਿਆ ਕਿ ਪਰਲੇ ਪਾਸੇ ਨਿਊਯਾਰਕ ਨੂੰ ਜਾਂਦਾ, ਯਾਨੀ ਜ਼ਿਆਦਾ ਕੰਮ ਕਿਹੜਾ ਜਿਹਦੇ ਵਿੱਚ ਥੋੜ੍ਹਾ ਜਿਹਾ ਪ੍ਰੈਸ਼ਰ ਜਿਹਾ ਦਿਮਾਗ ਦੇ ਉੱਤੇ ਰਹਿੰਦਾ? ਕਦੇ ਉੱਥੋਂ ਤਾਂ ਹੋ ਸਕਦਾ ਤੁਹਾਨੂੰ ਡਰਾਈਵਰ ਸਾਹਿਬ ਨੇ ਫੋਨ ਕਰਤਾ ਹੋਵੇ, ਆ ਜੀ ਟਰੱਕ ਦਾ ਟਾਇਰ ਹੁਣ ਇੱਧਰਲੇ ਪਾਸੇ ਨੂੰ ਹੋ ਗਿਆ, ਮੈਨੂੰ ਤਾਂ ਜੀ ਥਾਂ ਨਹੀਂ ਲੱਭਦੀ, ਮੈਨੂੰ ਤਾਂ ਜੀ ਲੋਡ ਨਹੀਂ ਮਿਲਿਆ। ਬਿਲਕੁਲ, ਟਰੱਕਿੰਗ ਦਾ ਕੰਮ ਜਿਹੜਾ ਉਹ ਟੈਨਸ਼ਨ ਹੈਗੀ ਆ ਉਹਦੀ ਜੀ, ਪਰ ਅੱਗੇ ਨਾਲੋਂ ਜਦ ਅਸੀਂ ਸਟਾਰਟ ਕੀਤਾ ਸੀਗਾ ਉਹਦੇ ਨਾਲੋਂ ਹੁਣ ਬਹੁਤ ਸੌਖਾ ਹੋ ਗਿਆ। ਠੀਕ ਹੈ ਜੀ। ਹੁਣ ਤੁਹਾਡਾ ਡਰਾਈਵਰ ਕਿੱਥੇ ਜਾਂਦਾ, ਕਿੰਨੀ ਸਪੀਡ 'ਤੇ ਜਾਂਦਾ ਜੀ, ਰੀਫਰ ਕਿੰਨੇ 'ਤੇ ਚੱਲਦਾ, ਉਹ ਸਾਰਾ ਇੱਥੇ ਬੈਠੇ ਇਹ ਦੇਖ ਲੈਂਦੇ, ਮੋਨੀਟਰ ਕਰੀ। ਹਾਂਜੀ ਹਾਂਜੀ, ਟੈਕਨੀਕਲ ਜਿਹੜਾ ਬੜਾ ਫਾਇਦਾ ਹੋ ਗਿਆ ਜੀ। ਪਰ ਜਿਸ ਵੇਲੇ ਅਸੀਂ ਡਿਸਪੈਚ ਸ਼ੁਰੂ ਕੀਤੀ ਆ ਉਸ ਵੇਲੇ ਤਾਂ ਸਾਨੂੰ ਬਹੁਤ ਸਾਰੀਆਂ ਲਾਈਟਾਂ ਗਿਣ ਕੇ ਦੱਸਣੀਆਂ ਪੈਂਦੀਆਂ ਸੀ ਵੀ ਚੌਥੀ ਲਾਈਟ ਤੋਂ ਜਾ ਕੇ ਰਾਈਟ ਕਰਨਾ। ਅੱਛਾ, ਦੱਸਣਾ ਪੈਂਦਾ ਸੀ? ਦੱਸਣਾ ਪੈਂਦਾ ਸੀਗਾ, ਅਤੇ ਕਈ ਤਾਂ ਵਿਚਾਰੇ ਸਾਡੇ ਵਰਗੇ ਮੇਰੇ ਕਿ ਜਿੰਨੇ ਪੜ੍ਹੇ ਹੋ ਸੀਗੇ ਉਹਨਾਂ ਨੂੰ ਪੂਰੀ ਸਪੈਲਿੰਗ ਉਹਨਾਂ ਨੂੰ ਦੱਸਣੇ ਪੈਂਦੇ ਸੀ ਵੀ ਮੋਹਰੇ ਏ ਆ ਲੱਗਣੀ ਆ ਤਾਂ ਪਿੱਛੇ ਜਾ ਕੇ ਵੀ ਲੱਗਣੀ ਆ, ਇਹ ਦੇਖ ਲਈ। ਅਤੇ ਬਹੁਤ ਸਾਰੇ ਪਹਿਲਾਂ ਡਰਾਈਵਰ ਇੱਦਾਂ ਦੇ ਸੀ ਉਹਨਾਂ ਨੂੰ ਤਾਂ ਇਹ ਨਹੀਂ ਸੀ ਪਤਾ ਲੱਗਦਾ ਵੀ ਜਿਹੜੀ ਸਕੇਲ ਆ ਉਹ ਕਲੋਜ਼ ਆ ਕਿ ਓਪਨ ਆ, ਪੜ੍ਹ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਉਹਨਾਂ ਨੂੰ ਕਹਿਣਾ ਵੀ 4 ਅੱਖਰਾਂ ਦੇ ਵਿੱਚ ਓਪਨ ਹੋਣੀ ਆ ਜੀ, ਅਤੇ 5-6 ਕਲੋਜ਼ ਹੋਣੀ ਆ। ਨਹੀਂ, ਪਰ ਇੱਕ ਚੀਜ਼ ਮੈਨੂੰ ਦੱਸਿਓ ਤੁਸੀਂ ਕਿ ਲੋੜ ਕੀ ਸੀ ਤੁਹਾਨੂੰ ਆ ਦੱਸਣ ਦੀ? ਫੋਨ ਲੱਗਾ, ਫੋਨ ਦੇ ਉੱਤੇ ਨੈਵੀਗੇਸ਼ਨ ਲੱਗੀ, ਆਪੇ ਹੀ ਉਹ ਦੱਸੀ ਜਾਂਦੇ ਕਿ ਹੁਣ ਭਾਈ ਐਨੂੰ ਮੁੜ ਜਾਓ, ਬੋਲ ਕੇ ਵੀ ਦੱਸੀ ਜਾਂਦੇ, ਤੁਹਾਨੂੰ ਕਿਉਂ ਦੱਸਣਾ ਪੈਂਦਾ ਸੀ? ਇਹ ਅੱਜ ਚੱਲਿਆ ਸਾਰਾ ਕੁਛ ਜੀ, ਜਦੋਂ ਅਸੀਂ ਟਰੱਕ ਚਲਾਉਂਦੇ ਸੀਗੇ ਉਦੋਂ ਪੇਜਰ ਆਏ ਸੀਗੇ 90 ਦੇ ਵਿੱਚ। ਠੀਕ ਹੈ ਜੀ। ਅਤੇ ਉਸ ਵੇਲੇ ਤਾਂ ਫੋਨ ਸੈਲਰ ਫੋਨ ਨਹੀਂ ਸੀ ਹੁੰਦੇ ਜੀ, ਅੱਜ ਤਾਂ ਇੰਨਾ ਈਜ਼ੀ ਹੋ ਗਿਆ, ਡਰਾਈਵਰ ਨੂੰ ਤੁਸੀਂ ਐਡਰੈਸ ਸੈਂਡ ਕਰ ਦਿੰਦੇ ਆ, ਉਹ GPS ਪਾ ਕੇ ਤਾਂ ਉੱਥੇ ਪਹੁੰਚ ਜਾਂਦਾ। ਠੀਕ ਹੈ। ਕਦੇ ਹੀ ਕਿਤੇ ਬਿਲਡ ਆਈ ਲੋਡ ਪੈਂਦੀ ਆ, ਬਾਕੀ ਉੱਦਾਂ ਪ੍ਰੋਬਲਮਸ ਤਾਂ ਹੈਗੀਆਂ ਹੈਗੀਆਂ। ਹਾਂਜੀ ਬਿਲਕੁਲ, ਪਰ ਮਾਲਕ ਦੀ ਬੜੀ ਦਇਆ। ਫਿਰ ਵੀ ਇੱਕ ਚੀਜ਼ ਮੈਂ ਹੋਰ ਭਾਅ ਜੀ ਤੁਹਾਡੇ ਤੋਂ ਪੁੱਛਣੀ ਆ ਕਿ ਕਦੇ ਇੱਦਾਂ ਵੀ ਹੋਇਆ ਜਦੋਂ ਤੁਸੀਂ ਟਰੱਕ ਚਲਾਉਂਦੇ ਸੀ ਜੇ ਟਰੱਕ ਆਪਣਾ ਲਿਆ ਸੀ ਜਾਂ ਕਿਸੇ ਦਾ ਚਲਾਉਂਦੇ ਸੀ ਕਿ ਕਿਤੇ ਗਏ ਤਾਂ ਲੋਡ ਲੈਣ ਗਏ, ਉਹ ਕਹਿੰਦੇ ਜੀ ਇਹ ਤਾਂ ਹੁਣ 5 ਘੰਟਿਆਂ ਨੂੰ ਮਿਲੂ ਜਾਂ ਕੱਲ੍ਹ ਨੂੰ ਮਿਲੂ, ਕਦੇ ਬਹਿਣਾ ਪਿਆ? ਬਹਿਣਾ ਪਿਆ ਜੀ। ਠੀਕ ਹੈ ਜੀ। ਬਹਿਣਾ ਵੀ ਪਿਆ, ਇਸ ਤਰ੍ਹਾਂ ਵੀ ਹੁੰਦੀ ਸੀ ਇਹ ਜਿਹੜਾ ਟੈਕਨੋਲੋਜੀ ਦਾ ਫਾਇਦਾ ਬਹੁਤ ਹੋਇਆ ਜੀ। ਇੱਕ ਵਾਰ ਦੀ ਗੱਲ ਆ, ਮੈਂ ਲੋਡ ਚੱਕਣਾ ਸੀਗਾ, ਰਿਚ ਮੋਟ ਮੈਂ ਖਾਲੀ ਹੋਇਆ ਅਤੇ ਕੋਰਗਨ ਤੋਂ ਜਾ ਕੇ ਚੱਕਣਾ ਸੀ ਲੋਡ ਜੀ, ਅਤੇ ਮੈਨੂੰ ਡਿਸਪੈਚ ਮਿਲ ਗਏ ਵੀ ਤੁਸੀਂ ਚੱਲ ਜਾਓ ਜੀ। ਅੱਛਾ ਜੀ। ਹਾਂਜੀ, ਆਪਾਂ ਜਦੋਂ ਕੋਰਨਿੰਗ ਉੱਥੋਂ ਤਕਰੀਬਨ 2 ਘੰਟੇ ਦੀ ਬਾਹਰ ਸੀਗੀ। ਠੀਕ ਹੈ। ਜਦੋਂ ਉੱਥੇ ਪਹੁੰਚ ਗਿਆ ਤਾਂ ਪਤਾ ਲੱਗਾ ਵੀ ਲੋਡ ਕੈਂਸਲ ਆ। ਅੱਛਾ, ਕੈਂਸਲ ਹੋ ਗਿਆ। ਕੈਂਸਲ ਹੋਇਆ ਕਿਉਂਕਿ ਕਮਿਊਨੀਕੇਸ਼ਨ ਦਾ ਸਾਧਨ ਕੋਈ ਨਹੀਂ ਸੀ। ਬੜਾ ਇਦਾਂ ਲੱਗਾ ਵੀ ਅੱਜ ਵੀ ਕੁਛ ਗੁਆਚ ਗਿਆ, 200 ਮੀਲ ਇੱਧਰ ਨੂੰ ਚੱਲ ਗਿਆ, 200 ਮੀਲ ਇੱਧਰ ਨੂੰ ਗਿਆ। ਅੱਜ ਬੜਾ ਹੀ ਮੌਜ ਆ, ਜੇ 1 ਸੈਕਿੰਡ ਦੇ ਵਿੱਚ ਤੁਸੀਂ ਡਰਾਈਵਰ ਨੂੰ ਟੈਕਸ ਪਾਉਂਦੇ ਆ ਜਾਂ ਤੁਸੀਂ ਉਹਨੂੰ ਫੋਨ ਕਰਕੇ ਦੱਸ ਦਿੰਦੇ ਆ ਭਾਈ ਤੇਰਾ ਲੋਡ ਕੈਂਸਲ ਆ, ਇਸ ਕਰਕੇ ਤੂੰ ਉੱਥੇ ਨਹੀਂ ਜਾਣਾ, ਤੈਨੂੰ ਹੋਰ ਨਵੀਂ ਡਿਸਪੈਚ ਭੇਜਦੇ ਹਾਂ। ਸੌਖਾ ਹੋ ਗਿਆ ਹੁਣ ਬਹੁਤ। ਅਤੇ ਜਿੱਥੇ ਵੇਟਿੰਗ ਦੀ ਗੱਲ ਸੀਗੀ ਜੀ, ਅਸੀਂ ਉਸ ਵੇਲੇ ਪੇਸ਼ੈਂਸ ਵੀ ਸੀਗੀ ਜੀ, ਅਤੇ ਕੰਮ ਵੀ ਔਖਾ ਮਿਲਦਾ ਸੀ ਕਿਉਂਕਿ ਟੈਕਨੋਲੋਜੀ ਨੇ ਇੰਨਾ ਈਜ਼ੀ ਕਰ ਦਿੱਤਾ। ਅੱਜ ਅਸੀਂ ਆਪਣੇ ਡਰਾਈਵਰ ਨੂੰ ਖਾਲੀ ਨਹੀਂ ਹੋਣ ਦਿੰਦੇ, ਲੋਡ ਪਹਿਲਾਂ ਬੁੱਕ ਕੀਤਾ ਹੁੰਦਾ। ਉਸ ਵੇਲੇ ਸਾਡੀ ਇੱਦਾਂ ਹੁੰਦੀ ਸੀ ਵੀ ਜੇ ਅਸੀਂ ਫੀਨਿਕਸ ਖਾਲੀ ਹੋਏ ਹਾਂ ਉੱਥੇ ਲੋਡ ਦੀ, ਅਗਲੇ ਨੇ ਕਹਿਣਾ ਤੁਸੀਂ ਵੈਨਿੰਗ ਆ ਜਾਓ ਜੀ। ਵੈਨਿੰਗ ਆ ਗਿਆ ਤਾਂ ਰਾਤ ਨੂੰ ਵੀ 4 ਵਜੇ ਪਹੁੰਚ ਗਿਆ, ਹਾਂਜੀ ਕੱਲ੍ਹ ਨੂੰ ਸਵੇਰੇ ਕਾਲ ਕਰਿਓ। ਅੱਛਾ,
ਫਿਰ ਦੱਸਾਂਗੇ। ਦੂਸਰੇ ਦਿਨ ਸਵੇਰ ਨੂੰ ਕਾਲ ਕਰਨੀ ਬਈ ਤੁਸੀਂ ਬਾਅਦ 'ਚ ਖਾਲੀ ਹੋਏ ਸੀ, ਹੁਣ ਤਿੰਨੇ ਲੋੜ ਸੀਗੇ ਉਹ ਬਾਕੀਆਂ ਨੂੰ ਦੇ ਦਿੱਤੇ, ਤੁਸੀਂ ਹੁਣ ਆਪਣਾ ਇੰਤਜ਼ਾਮ ਕਰ ਲਓ ਜਾਂ ਫਿਰ ਖਾਲੀ ਮੁੜਿਓ ਜਾਂ ਤੁਹਾਨੂੰ ਕੱਲ੍ਹ ਨੂੰ ਲੋੜ ਮਿਲੇਗਾ। ਮਤਲਬ ਬਹੁਤ ਵਾਰ ਇੱਦਾਂ ਹੁੰਦੀ ਸੀ ਕਈ ਵੇਟਿੰਗ ਦੀ ਟਾਈਮ ਤਾਂ ਇੱਦਾਂ ਸੀ ਜਦੋਂ ਆ ਸਲੀਨਸ ਵਾਟਸਨ ਏਰੀਏ ਦੇ ਵਿੱਚ ਸਟ੍ਰਾਬੇਰੀ ਦੇ ਲੋੜ ਚੱਕਣ ਲਈ ਕਈ ਵਾਰ ਤਾਂ ਇੱਦਾਂ ਹੁੰਦਾ ਵੀ 36 ਘੰਟੇ ਟਰੱਕ ਸ਼ਿਪਰ ਦੇ ਖੜਾ ਦਿੰਦਾ ਸੀ। ਠੀਕ ਹੈ ਜੀ। ਅਤੇ ਕਿਉਂਕਿ ਦੂਜਾ ਆਪਾਂ ਚਾਂਸ ਹੀ ਨਹੀਂ ਸੀ ਲੈਂਦੇ ਵੀ ਕਿੱਧਰੋਂ ਉਧਰੋਂ ਲੋੜ ਲੱਭਣਾ, ਪਰ ਅੱਜ ਸੌਖਾ ਬਹੁਤ ਹੋ ਗਿਆ ਟੈਕਨੋਲੋਜੀ। ਅੱਜ ਜੇ ਅੱਜ ਇੱਕ ਲੋੜ ਕੈਂਸਲ ਹੋਇਆ ਤਾਂ ਦੂਜਾ ਤੁਸੀਂ ਰਾਈਟ ਵੇ ਲੱਭ ਲੈਂਦੇ ਸੋ ਇਸ ਤਰ੍ਹਾਂ ਹੈਗਾ। ਹਾਂਜੀ। ਅੱਛਾ ਇੱਕ ਚੀਜ਼ ਮੈਨੂੰ ਹੋਰ ਥੋੜ੍ਹੀ ਥੋੜ੍ਹੀ ਆ ਜਾਓ ਆਪਾਂ ਤੁਰਦੇ ਤੁਰਦੇ ਨਾਲ ਗੱਲ ਕਰ ਲੈਂਦੇ ਹਾਂ। ਇਹ ਸਾਰਾ ਜਿਹੜਾ ਮਾਹੌਲ ਇਸ ਵੇਲੇ ਬਣ ਰਿਹਾ ਆ, ਤੁਸੀਂ ਥੋੜ੍ਹਾ ਜਿਹਾ ਮੈਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਜਦੋਂ ਤੁਸੀਂ ਆਏ ਸੀ 30-35 ਸਾਲ ਪਹਿਲਾਂ, ਹੁਣ ਤਾਂ ਜਿਹੜੇ ਸ਼ਹਿਰ 'ਚ ਜਾਂਦੇ ਕੋਈ ਕਹਿੰਦਾ ਜੀ ਇੱਥੇ 30,000 ਪੰਜਾਬੀ ਹੈਗਾ, ਕੋਈ 10,000 ਪੰਜਾਬੀ ਹੈਗਾ, ਇੱਥੇ ਜੀ ਵਾਹਵਾ ਹੁਣ ਰੌਣਕਾਂ ਲੱਗਦੀਆਂ, ਮੇਲੇ ਲੱਗਣ ਲੱਗ ਪਏ। 35 ਸਾਲ ਪਹਿਲਾਂ ਵੀ ਇੱਦਾਂ ਹੀ ਮਾਹੌਲ ਸੀ ਕਿ ਉਦੋਂ ਡਿਫਰੈਂਟ ਸੀ ਪੰਜਾਬੀ ਭਾਈਚਾਰੇ ਦੇ ਪੱਖ? ਉਦੋਂ ਬਿਲਕੁਲ ਡਿਫਰੈਂਟ ਸੀਗਾ ਜੀ, ਇੰਨੀ ਜ਼ਿਆਦਾ ਸਾਡੀ ਆਬਾਦੀ ਨਹੀਂ ਸੀ ਪੰਜਾਬੀਆਂ ਦੀ ਜੀ। ਪਰ ਜਿੱਦਾਂ ਇਹ ਕਹਿ ਦਈਏ ਬਈ ਅਸੀਂ ਜਿੱਥੇ ਵਾਟਸਨਵੈਲ ਟਾਊਨ 'ਚ ਰਹੇ ਹਾਂ 13 ਸਾਲ, ਉੱਥੇ ਸਿਰਫ 14 ਫੈਮਲੀਆਂ ਅਸੀਂ ਪੰਜਾਬੀ ਸੀਗੇ, 14 ਫੈਮਲੀਆਂ। ਅੱਜ ਵੀ ਮੇਰਾ ਖਿਆਲ 13-14 ਫੈਮਲੀਆਂ ਉੱਥੇ ਹੈਗੀਆਂ, ਉਹ ਸਮੁੰਦਰ ਦਾ ਕੰਢਾ ਜੀ। ਤੇ ਇੱਦਾਂ ਹੀ ਗੁਰੂ ਘਰਾਂ ਦੇ ਵਿੱਚ ਇੰਨੀ ਗਹਿਮਾ ਗਹਿਮ ਨਹੀਂ ਸੀ ਹੁੰਦੀ ਜੀ। ਅੱਜ ਫਰਿਜਨੋ ਦੇ ਏਰੀਏ ਦੇ ਵਿੱਚ 7-8 ਵੱਡੇ ਗੁਰੂ ਘਰ ਨੇ ਜੀ। ਹਰ ਗੁਰੂ ਘਰ ਦੇ ਵਿੱਚ ਹਰ ਵੀਕਐਂਡ 'ਤੇ ਕਮ ਸੇ ਕਮ 1,500-2,000 ਸੰਗਤ ਦਾ ਮੈਂਬਰ ਥਰੂ ਹੁੰਦਾ ਜੀ। ਬਿਲਕੁਲ ਠੀਕ ਹੈ ਜੀ। ਅਤੇ ਬੜੀ ਮਾਲਕ ਦੀ ਦਇਆ ਜੀ, ਅੱਜ ਬਹੁਤ ਸਾਡੇ ਪੰਜਾਬੀਆਂ ਦਾ ਇੱਥੇ ਇਹ ਕਹਿ ਦਈਏ ਵੀ ਹਰ ਪੱਖ, ਹਰ ਬਿਜ਼ਨਸ ਵਿੱਚ ਹਰ ਪਾਸੇ ਪੂਰਾ ਯੋਗਦਾਨ ਹੈ। ਹਾਂਜੀ ਹਾਂਜੀ। ਲਓ ਜੀ, ਇਸ ਵੇਲੇ ਅਸੀਂ ਬਦਾਮਾਂ ਦੇ ਬਾਗ ਦੇ ਵਿੱਚ ਦੀ ਤੁਰੇ ਜਾਂਦੇ ਹਾਂ, ਅਮਰੀਕਾ ਦਾ ਫਰਿਜਨੋ ਵਾਲਾ ਇਲਾਕਾ, ਅਤੇ ਬਦਾਮਾਂ ਦੇ ਬਾਗ ਦੇ ਵਿੱਚ ਦੀ ਜਿਹੜੀ ਇਸ ਵੇਲੇ ਨਿਜਰ ਭਰਾਵਾਂ ਦੇ ਨਾਲ ਗੱਲਬਾਤ ਲਗਾਤਾਰ ਹੋ ਰਹੀ ਹੈ। 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਆਇਆ, ਅਤੇ ਮੈਂ ਚੇਤਾ ਕਰਾ ਦਿਆਂ, ਚੇਤਾ ਨਹੀਂ ਭੁੱਲਣਾ, ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ 'ਚ ਜਾਂਦੇ ਹੋ, ਐਜ਼ ਅ ਸਟੂਡੈਂਟ ਜਾਂਦੇ ਹੋ, ਵਰਕ ਪਰਮਿਟ 'ਤੇ ਜਾਂਦੇ ਹੋ, ਪੱਕੇ ਜਾਂਦੇ ਹੋ, ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਹੈਗੇ, ਪਰ ਇਹ ਵੀ 20-25 ਡਾਲਰ ਹੀ ਲੈ ਕੇ ਆਏ ਸੀ। ਇਹਨਾਂ ਨੇ ਵੀ ਕਿਰਾਏ ਦੇ ਘਰ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਪ੍ਰਵਾਸ ਦੀ ਜਿਹੜੀ ਉਹ ਸ਼ੁਰੂ ਕੀਤੀ, ਹੌਲੀ ਹੌਲੀ ਇੱਕ ਟਰੱਕ ਹੋਇਆ, ਪਹਿਲਾਂ 2-2, 3-3 ਦਿਨ ਟਰੱਕ ਜਿਹੜਾ ਉਹ ਚਲਾਇਆ, ਹੌਲੀ ਹੌਲੀ ਟਰੱਕਾਂ ਦੀ ਗਿਣਤੀ ਵਧੀ, ਫਿਰ ਉੱਧਰਲੇ ਪਾਸਿਓਂ ਫਾਰਮਿੰਗ ਵਾਲੇ ਪਾਸਿਓਂ ਆਏ, ਜਿੱਦਾਂ ਉਹਨੇ ਦੱਸਿਆ ਕਿ 15-16 ਘੰਟੇ 2-2.5 ਮਹੀਨੇ ਲਗਾਤਾਰ ਅਜੇ ਵੀ ਜਦੋਂ ਸੀਜ਼ਨ ਹੁੰਦਾ ਤਾਂ ਖੇਤਾਂ ਦੇ ਵਿੱਚ ਉਹ ਆਪ ਸਰੀਰਕ ਤੌਰ ਦੇ ਉੱਤੇ ਜਿਹੜਾ ਉੱਥੇ ਹਾਜ਼ਰ ਰਹਿੰਦੇ ਆ। ਜਾਣੀ 4-5-6 ਸਾਲ ਲੱਗਦੇ ਆ ਤੁਹਾਨੂੰ ਕਿਤੇ ਵੀ ਪੈਰ ਟਿਕਾਉਣ ਦੇ ਲਈ, ਸਬਰ ਦਾ ਪੱਲਾ ਘੁੱਟ ਕੇ ਫੜ ਕੇ ਰੱਖਿਓ, ਕੋਈ ਐਸਾ ਕੰਮ ਨਾ ਕਰਿਓ ਜਿਹਦੇ ਨਾਲ ਜ਼ਿੰਦਗੀ ਜਿਹੜੀ ਹੈ ਉਹ ਲੀਹ ਤੋਂ ਇੱਧਰ ਉੱਧਰ ਰਹਿ ਜਾਏ। ਰਿਸੈਸ਼ਨ, ਆਰਥਿਕ ਮੰਦੀ ਵੀ ਇਹ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਈ ਹੈ, ਪਹਿਲਾਂ ਵੀ ਇੱਦਾਂ ਦੀਆਂ ਹਵੀਆਂ ਨਵੀਆਂ ਆਉਂਦੀਆਂ ਰਹੀਆਂ, ਬਸ ਥੋੜ੍ਹਾ ਜਿਹਾ ਟਿਕਾ ਕਰਕੇ ਜਿਹੜਾ ਉਹ ਰੱਖਣਾ ਬੜਾ ਜ਼ਰੂਰੀ ਹੈ। ਅੱਛਾ, ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਬੱਚੇ, ਕਿਉਂਕਿ ਕੈਨੇਡਾ ਦੇ ਵਿੱਚ ਤਾਂ ਪੰਜਾਬੀ ਜਿੱਥੇ ਮਰਜ਼ੀ ਪੜ੍ਹੋ, ਬਹੁਤ ਸਾਰੀਆਂ ਸਹੂਲਤਾਂ ਹੈਗੀਆਂ, ਅਮਰੀਕਾ ਦਾ ਮੈਨੂੰ ਇੰਨਾ ਤਜ਼ਰਬਾ ਨਹੀਂ, ਪੰਜਾਬੀ ਜੇ ਬੱਚਿਆਂ ਨੂੰ ਪੜ੍ਹਾਉਣੀ ਹੋਵੇ ਤਾਂ ਪ੍ਰਬੰਧ ਅਮਰੀਕਾ ਦੇ ਇੱਥੇ ਫਰਿਜਨੋ 'ਚ ਹੈਗਾ? ਬਿਲਕੁਲ ਬਿਲਕੁਲ, ਇਹ ਹੈਗਾ ਸਾਰੇ ਗੁਰੂ ਘਰਾਂ ਵਿੱਚ ਆ ਜੀ। ਅਸੀਂ ਤਾਂ ਪਹਿਲਾਂ ਵੀ ਇਹ ਗੱਲ ਕਰਦੇ ਹੁੰਦੇ, ਜਦੋਂ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਉਂਦਾ ਸੀ ਜੀ ਜਾਂ ਕੋਈ ਜਨਰਲ ਸਕੱਤਰ ਆਉਂਦਾ ਸੀ, ਅਸੀਂ ਇਹ ਉਹਨਾਂ ਤੋਂ ਕੁਐਸਚਨ ਵੀ ਕਰਦੇ ਹੁੰਦੇ ਸੀ ਵੀ ਤੁਸੀਂ ਇਹ ਸਾਨੂੰ ਦੱਸ ਦਿਓ ਵੀ ਗੁਰਮਤਿ ਵਿੱਦਿਆ ਜੀ ਕਿੰਨੀ ਕੁ ਤੁਸੀਂ ਦੇ ਰਹੇ ਆ ਪੰਜਾਬ ਦੇ ਵਿੱਚ ਪਿੰਡਾਂ 'ਚ, ਪਰ ਸਾਡੇ ਇੱਥੇ ਗੁਰੂ ਘਰਾਂ ਦੇ ਵਿੱਚ ਜੀ ਜਿੱਥੇ ਪੰਜਾਬੀ ਪੜ੍ਹਾ ਰਹੇ ਨੇ ਉੱਥੇ ਗੁਰਮਤਿ ਸਿੱਖਿਆ ਵੀ ਦੇ ਰਹੇ ਨੇ ਜੀ। ਹਰ ਸ਼ਹਿਰ ਦੇ ਵਿੱਚ ਮੇਰਾ ਖਿਆਲ ਤਾਂ 2-2, 3-3 ਗੁਰੂ ਘਰਾਂ ਦੇ ਵਿੱਚ ਪੰਜਾਬੀ ਵੀ ਸਿੱਖਣ ਨੂੰ ਬੱਚਿਆਂ ਨੂੰ ਮਿਲਦੀ ਆ ਅਤੇ ਗੁਰਮਤਿ ਵਿੱਦਿਆ ਵੀ ਨਾਲ ਮਿਲ ਰਹੀ ਆ। ਅਤੇ ਇੱਕ ਗੱਲ ਮੈਂ ਐਡ ਕਰ ਦਵਾਂ ਤੁਹਾਡੇ ਵਾਲੀ ਗੱਲ 'ਚ ਜੀ, ਭਈ ਸਮਾਂ ਲੱਗਦਾ ਜੀ, ਜਿਸ ਵੇਲੇ ਅਸੀਂ ਇੱਥੇ ਆਏ ਸੀ ਤਾਂ ਉਦੋਂ ਸਾਨੂੰ ਸੀ ਭਈ ਇੱਥੇ ਪੇਪਰ ਬਣ ਜਾਣ ਜੀ, ਫਿਰ ਸੀ ਭਈ ਮਤਲਬ ਅਸੀਂ ਕੋਈ ਬਿਜ਼ਨਸ ਸ਼ੁਰੂ ਕਰ ਲਈਏ, ਇਹ ਸਾਰਾ ਕੁਝ ਰੂਟੀਨ 'ਚ ਹੋਇਆ ਜੀ, ਪਰ ਸਮਾਂ ਲੱਗਾ, 37 ਸਾਲ ਲੱਗ ਗਏ ਵੀ ਪ੍ਰਕਿਰਿਆ ਦਾ ਹਿੱਸਾ। ਹਾਂਜੀ ਜੀ। ਅਤੇ ਸਾਰੇ ਜਿੰਨੇ ਵੀ ਨਵੇਂ ਆਉਣ ਵਾਲੇ ਸਾਡੇ ਭੈਣਾਂ ਭਰਾ ਨੇ ਜੀ, ਉਹਨਾਂ ਨੂੰ ਇਹੀ ਬੇਨਤੀ ਹੈ ਵੀ ਸ਼ਾਰਟਕੱਟ ਨਹੀਂ ਮਾਰਨਾ, ਬਿਲਕੁਲ ਕੋਈ ਗਲਤ ਤਰੀਕਾ ਨਹੀਂ ਅਪਣਾਉਣਾ ਜੀ, ਕੰਮ ਕਰਦੇ ਜਾਓ ਜੀ, ਮਿਹਨਤ ਕਰਦੇ ਰਹੋ, ਫਲ ਤਾਂ ਫੁੱਲ ਮਾਲਕ ਨੇ ਲਾ ਹੀ ਦੇਣਾ। ਹਾਂਜੀ ਬਿਲਕੁਲ ਠੀਕ ਹੈ, ਇਹ ਸਾਡਾ ਫਰਜ਼ ਆ ਮਿਹਨਤ ਕਰਨਾ ਅਤੇ ਸ਼ਾਰਟਕੱਟ ਨਹੀਂ ਮਾਰਨਾ। ਅਤੇ ਸਮਾਂ ਲੱਗਦਾ, ਪਰਮਾਤਮਾ ਦਿਨ ਜਿੱਦਾਂ ਦੇ ਮਰਜ਼ੀ ਲੰਘ ਜਾਣ ਉਹ ਲੰਘ ਜਾਂਦੇ ਨੇ, ਲੰਘ ਜਾਂਦੇ ਆ ਜਾਣ ਚੱਲ ਜਾਂਦੇ ਨੇ ਜੀ, ਪਰ ਸ਼ਾਰਟਕੱਟ ਨਹੀਂ ਕਰਨਾ, ਅਪਣਾਉਣਾ। ਬਿਲਕੁਲ ਠੀਕ ਹੈ। ਅੰਮ੍ਰਿਤਪਾਲ ਭਾਅ ਜੀ, ਮੈਂ ਤੁਹਾਡੇ ਤੋਂ ਪੁੱਛਣਾ, ਚਟਣੀ ਬਣਦੀ ਘਰ? ਬਿਲਕੁਲ ਜੀ। ਅਤੇ ਸਾਗ ਵੀ ਬਣਦਾ? ਕਿਹੜੀ ਕਿਹੜੀ ਚੀਜ਼ ਜਿਹੜੀ ਪੰਜਾਬ 'ਚ ਬਣਦੀ ਸੀ ਅਤੇ ਇੱਥੇ ਤੁਹਾਨੂੰ ਲੱਗਦਾ ਕਿ ਯਾਰ ਉਹ ਤਾਂ ਲੱਭਦੀ ਹੋਈ ਨਹੀਂ, ਕਿ ਘਰ ਦੇ ਵਿੱਚ ਸਾਰਾ ਕੁਛ ਬਣਦਾ ਰਸੋਈ 'ਚ? ਹੁਣ ਸਾਗ ਵੀ ਬਣਦਾ, ਘਰ ਦਾ ਗੁੜ ਵੀ ਬਣਦਾ, ਸੁੰਡ ਵਾਲਾ, ਠੀਕ ਹੈ ਜੀ, ਅਤੇ
ਪਰੌਂਠੇ ਵੀ ਬਣਦੇ ਆ, ਪਿੰਨੀਆਂ ਮੱਕੀ ਦੀਆਂ ਰੋਟੀਆਂ, ਪਿੰਨੀਆਂ ਸਦਾ ਹੀ ਨਹੀਂ ਮੁੱਕਦੀਆਂ, ਠੀਕ ਹੈ ਜੀ, ਬੱਟੀਆਂ ਵੀ ਤਾਂ ਦੂਜੀਆਂ ਵੀ ਜਿਹੜਾ ਉਹ ਹੁੰਦਾ ਖੁੱਲ੍ਹਾ ਸਮਾਨ, ਖੁੱਲ੍ਹਾ ਸਮਾਨ ਹੈ ਜੀ, ਇਹ ਲੋੜ ਅਨੁਸਾਰ ਹੀ ਆ ਬਸ, ਜਿੰਨੇ ਵੀ ਸਿੰਘ ਜਿੱਦਾਂ ਵੀ ਪਸੰਦ ਕਰਨ ਜੀ ਉੱਦਾਂ ਹੀ ਹਾਜ਼ਰ ਹੋ ਜਾਂਦਾ, ਹਾਂਜੀ ਹਾਂਜੀ, ਮਾਲਕ ਦੀ ਬੜੀ ਕਿਰਪਾ। ਚਲੋ ਪਰਿਵਾਰ ਨੇ, ਮੈਂ ਗੱਲ ਕਰਾਂ ਸਾਡੇ ਜਿਹੜੇ ਜੀਵਨ ਸਾਥੀ ਆ ਨਾ ਜੀ, ਚਾਹੇ ਸਾਡੇ ਜਾਂ ਸਾਡੇ ਬੱਚਿਆਂ ਦੇ ਜੀ, ਉਹ ਸਾਰੇ ਗੁਰਬਾਣੀ ਨਾਲ ਜੁੜੇ ਹੋਏ ਆ ਜੀ, ਬਾਣੀ ਪੜ੍ਹਦੇ ਆ, ਸਹਿਜ ਪਾਠ ਆਰੰਭ ਕੀਤੇ ਹੋਏ ਆ, ਪੰਜਾਬੀ ਪੜ੍ਹਨੀ ਵੀ ਆਉਂਦੀ ਆ ਅਤੇ ਬੋਲਦੇ ਤਾਂ ਹੈਗੇ ਹੀ ਆ ਜੀ, ਈਵਨ ਵਰਿੰਦਰ ਸਿੰਘ ਹੁਣੇ ਇਹ ਵੀ ਸਹਿਜ ਪਾਠ ਕਰਦਾ, ਆਪ ਸੁਖਣੀ ਸਾਹਿਬ ਦਾ ਪਾਠ ਰੋਜ਼ ਕਰਦਾ ਹੋ ਨਾ, ਅਤੇ ਇੱਦਾਂ ਜਾਣੀ ਕੁੱਲ ਮਿਲਾ ਕੇ ਮੈਂ ਇਹ ਕਹਿੰਦਾ ਭਈ ਸਾਰਾ ਜਿਹੜਾ ਇਹ ਸਿਹਰਾ ਆ ਘਰ ਦਾ, ਅਸੀਂ ਤਾਂ ਕੰਮਾਂ 'ਚ ਬਿਜ਼ੀ ਹਾਂ, ਬਿਲਕੁਲ ਇਹ ਬੀਬੀਆਂ ਨੂੰ ਜਾਂਦਾ, ਬਿਲਕੁਲ ਇਹਨਾਂ ਨੇ ਸਵੇਰੇ ਉੱਠ ਕੇ, ਇਹਨਾਂ ਦਾ ਰੂਟੀਨ ਸੀ ਵੀ ਪਹਿਲਾਂ ਆਪਣਾ ਜਲ ਪਾਣੀ ਕਰਕੇ ਪਾਠ ਕਰਨਾ ਜੀ, ਫਿਰ ਉਦੋਂ ਬਾਅਦ ਚਾਹ ਪਾਣੀ ਲੈ ਕੇ, ਤਾਂ ਫਿਰ ਚਾਹੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਜਿੱਥੇ ਵੀ ਜਾਣਾ ਉੱਥੇ ਜਾਣਾ ਜੀ, ਅੱਜ ਵੀ ਕੰਮ 'ਤੇ ਵੀ ਇਹਨਾਂ ਦਾ ਇਹੀ ਰੂਟੀਨ ਹੈਗਾ ਜਿੱਦਾਂ, ਅਤੇ ਘਰ ਪ੍ਰਸ਼ਾਦਾ ਪਾਣੀ ਪੂਰਾ ਬਣਦਾ ਜੀ, ਹੁਣ ਥੋੜ੍ਹਾ ਚੇਂਜ ਹੋ ਗਿਆ, ਹੁਣ ਜੇ ਮੈਕਸੀਕਨ ਫੂਡ ਖਾਣਾ ਤਾਂ ਘਰੇ ਬਣ ਜਾਂਦਾ, ਠੀਕ ਹੈ ਜੀ, ਹਾਂਜੀ ਹੋਰ ਸੋਚਦਾ ਉਹ ਵੀ ਬਣ ਗਿਆ ਹੈ ਨਾ, ਅਤੇ ਗਰੋਸਰੀ ਉੱਦਾਂ ਕਦੀ ਮੰਗਾ ਕੇ ਤਾਂ ਉੱਦਾਂ ਦਾ ਸਮਾਨ ਬਣਾ ਲੈਂਦੇ ਆ, ਪੇ ਇਹਨਾਂ ਦਾ ਚਿੱਤ ਕਰੇ ਬਾਹਰ ਖਾਣਾ ਜੀ, ਬਾਹਰ ਲਾ ਵੀ ਲੈ ਆਉਂਦੇ ਆ ਹੈ ਨਾ, ਅਤੇ ਬਹੁਤ ਹਰ ਤਰ੍ਹਾਂ ਹੀ ਖੋਲ੍ਹਿਆ ਜੀ, ਅਤੇ ਬਾਕੀ ਇਹਨਾਂ ਨੂੰ ਵੀ ਅਸੀਂ ਇਹੀ ਕਹਿੰਦੇ ਹਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਜੀ, ਜਿਨ੍ਹਾਂ ਨੇ ਇਹ ਚੰਗਾ ਮੁਲਕ ਸਾਨੂੰ ਜੀਵਨ ਜੀਣ ਲਈ ਦਿੱਤਾ ਜੀ, ਅਤੇ ਚੰਗੇ ਕੰਮ ਕਾਰ ਦਿੱਤੇ ਆ ਜੀ, ਅਤੇ ਸੰਤੁਸ਼ਟੀ ਆ ਇਸ ਗੱਲ ਦੀ, ਮਾਲਕ ਨੇ ਬੜੀ ਕਿਰਪਾ ਕੀਤੀ ਆ, ਬਿਲਕੁਲ ਇਸ ਤਰ੍ਹਾਂ ਹੀ ਕਾਲੇ ਨਹੀਂ ਪੈਣਾ ਚਾਹੀਦਾ ਕਿਸੇ ਨੂੰ ਵੀ, ਜੇ ਦਿਲ ਨਹੀਂ ਛੱਡਣਾ ਚਾਹੀਦਾ, ਜ਼ਿੰਦਗੀ ਇੱਕ ਸੰਘਰਸ਼ ਆ, ਬਿਲਕੁਲ ਠੀਕ, ਸੰਘਰਸ਼ ਲੜਨਾ ਚਾਹੀਦਾ ਮਗਰਲੇ ਦਿਨ ਤੱਕ, ਅਤੇ ਫਿਰ ਚੱਲਦਾ ਰਹਿਣਾ, ਚੱਲਦਾ ਰਹਿਣਾ, ਕੋਈ ਨਾ ਕੋਈ ਵਿਧਾ ਬਣ ਜਾਂਦੀਆਂ, ਅੱਜ ਮਾੜਾ ਦਿਨ ਆ ਕੱਲ੍ਹ ਵਧੀਆ ਹੋਊਗਾ, ਵਧੀਆ ਹੋਊਗਾ, ਇਹ ਜ਼ਰੂਰੀ ਆ ਜੀ, ਜਿੱਦਾਂ ਬਿਲਕੁਲ ਠੀਕ ਹੈ ਜੀ, ਅਤੇ ਹੁਣ ਆਪਾਂ ਸਮਾਪਤੀ ਵਾਲੇ ਪਾਸੇ ਨੂੰ ਵੱਧਦੇ ਹਾਂ, ਅਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਾਂਝੇ ਪਰਿਵਾਰ ਦਾ ਕਨਸੈਪਟ, ਲਗਾਤਾਰ ਮਿਹਨਤ ਅਤੇ ਸੰਘਰਸ਼ ਕਰਨ ਦਾ ਕਨਸੈਪਟ, ਅਤੇ ਹਾਰ ਨਾ ਮੰਨਣ ਦਾ ਕਨਸੈਪਟ, ਮੈਨੂੰ ਲੱਗਦਾ ਕਿ ਜੇ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਬਹੁਤ ਵਧੀਆ। ਬੀਬੀਆਂ ਨੂੰ ਤੁਸੀਂ ਮਾਨਤਾ ਦਿੱਤੀ, ਭਾਵੇਂ ਐਂਡ 'ਚ ਆ ਕੇ ਦਿੱਤੀ, ਉਹ ਵੀ ਚੰਗਾ ਲੱਗਾ। ਬਿਲਕੁਲ ਜੀ, ਇਹ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹੜੇ ਬੱਚਿਆਂ ਦੀ ਪਾਲਣਾ ਪੋਸ਼ਣਾ ਆ ਉਹਦੇ ਵਿੱਚ ਬੀਬੀਆਂ ਦਾ ਜ਼ਿਆਦਾ ਹਿੱਸਾ, ਕਿਉਂਕਿ ਸਵੇਰ ਨੂੰ ਤਿਆਰ ਕਰਕੇ ਸਕੂਲੇ ਛੱਡਣੇ, ਫਿਰ ਹੋਮਵਰਕ ਕਰਾਉਣਾ ਹੈ ਜੀ, ਖਾਣੇ ਪੀਣੇ ਦਾ, ਕੱਪੜੇ ਲੀੜੇ ਦਾ, ਆਪਾਂ ਕਹਿ ਦਿੰਦੇ ਹਾਂ ਵੀ ਬੀਬੀਆਂ ਘਰ ਕੰਮ ਨਹੀਂ ਕਰਦੀਆਂ, ਮੈਂ ਕਹਿੰਦਾ ਵੀ ਜਿੰਨਾ ਉਹਨਾਂ ਨੂੰ ਕੰਮ ਆ ਉੰਨਾ ਕਿਸੇ ਨੂੰ ਵੀ ਕੰਮ ਨਹੀਂ ਹੈਗਾ, ਅਤੇ ਜਿੰਨੀ ਉਹਨਾਂ ਦੇ ਵਿੱਚ ਪੇਸ਼ੈਂਸ ਆ ਜੀ ਬਹੁਤ ਜ਼ਿਆਦਾ ਹੁੰਦੀ ਆ, ਅਤੇ ਰੱਬ ਵੱਲ ਨੂੰ ਵੀ ਉਹਨਾਂ ਦਾ ਜ਼ਿਆਦਾ ਧਿਆਨ ਆ, ਅਤੇ ਮਾਲਕ ਮੈਂ ਕਹਿੰਦਾ ਵੀ ਤੰਦਰੁਸਤੀ ਰੱਖੇ ਜੀ, ਜੇ ਤੰਦਰੁਸਤੀ ਆ ਤਾਂ ਹਰ ਸੁੱਖ ਨੂੰ ਹੰਢਾ ਸਕਦਾ ਬੰਦਾ ਜੀ, ਬਿਲਕੁਲ ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਜੀ ਇੱਕ ਪਲੀਜ਼ ਹੋਰ ਐਡ ਕਰਨਾ ਸੀਗਾ ਜੀ, ਇਹ ਜਿਸ ਤਰ੍ਹਾਂ ਆਪਣਾ ਪਰਿਵਾਰ ਆ ਜੀ ਇਕੱਠਾ ਜੀ, ਇਸੇ ਤਰ੍ਹਾਂ ਸਾਡਾ ਇੱਕ ਵੱਡਾ ਪਰਿਵਾਰ ਆ ਜੀ ਸਮੁੱਚੇ ਸੰਸਾਰ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀਆਂ ਪਰਿਵਾਰ ਨੇ ਜਿਨ੍ਹਾਂ ਨੇ ਇੱਥੇ ਮਾਂ ਖੇਡ ਕਬੱਡੀ ਨੂੰ ਜੀ ਬੜਾ ਪ੍ਰਮੋਟ ਕੀਤਾ, ਬਿਲਕੁਲ ਉਹਨਾਂ ਵਿੱਚ ਅਸੀਂ ਕਦੇ ਚੇਤਾ ਨਹੀਂ ਭੁਲਾਉਂਦੇ, ਭਾਵੇਂ ਸਾਡੇ ਉਹ ਬਜ਼ੁਰਗ ਇਸ ਵੇਲੇ ਦੁਨੀਆ 'ਤੇ ਨਹੀਂ ਜੀ, ਸਰਦਾਰ ਦਦਾਰ ਸਿੰਘ ਬੈਂਸ, ਠੀਕ ਹੈ ਜੀ, ਅਤੇ ਉਹਨਾਂ ਨੇ ਨਗਰ ਕੀਰਤਨ ਜੁੱਬਾ ਸਿਟੀ ਦਾ ਸ਼ੁਰੂ ਕੀਤਾ, ਠੀਕ ਹੈ ਜੀ, ਕਬੱਡੀ ਭਰ ਦੇ ਵਿੱਚ ਕਬੱਡੀ ਸ਼ੁਰੂ ਕੀਤੀ ਦਦਾਰ ਸਿੰਘ ਬੈਂਸ ਹੁਣੀ, ਟੁੱਟ ਬ੍ਰਦਰ ਨੇ, ਸੋਹਤਾ ਬ੍ਰਦਰ, ਅਟਵਾਲ ਬ੍ਰਦਰ, ਲੱਛਰ ਬ੍ਰਦਰ, ਜੌਨ ਸਿੰਘ ਗਿੱਲ ਜੀ, ਇਹਨਾਂ ਨੇ ਕਬੱਡੀ ਸ਼ੁਰੂ ਕੀਤੀ ਸੀ ਜੀ, ਅੱਜ ਇਹਨਾਂ ਨੇ 76 ਵਿੱਚ ਇੱਥੇ ਕਬੱਡੀ 72-76 ਸ਼ੁਰੂ ਕੀਤੀ, ਫਿਰ ਅਸੀਂ ਨਾਲ ਆ ਰਲੇ 94 ਦੇ ਵਿੱਚ, ਅਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ USA ਅਤੇ ਸਾਰੇ ਸਪੋਰਟਸ ਕਲੱਬ ਜੀ, 10 ਸਪੋਰਟਸ ਕਲੱਬ ਨੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਥੱਲੇ, ਉਹ ਇਸ ਤਰ੍ਹਾਂ ਹਰ ਸਾਲ ਮਿਲੀਅਨਸ ਡਾਲਰ ਮਾਂ ਖੇਡ ਕਬੱਡੀ 'ਤੇ ਲਾਉਂਦੇ ਨੇ ਜੀ ਇੱਥੇ ਵੀ, ਅਤੇ ਚਾਹੇ ਟੋਰਾਂਟੋ ਟੀਮ ਜਾਣੀ ਆ, ਚਾਹੇ ਉਹ ਇੰਗਲੈਂਡ ਜਾਣੀ ਆ, ਨਿਊਜ਼ੀਲੈਂਡ ਜਾਣੀ ਆ ਜੀ, ਇੰਡੀਆ ਦੇ ਵਿੱਚ 2010 ਵਿੱਚ ਜਦੋਂ ਵਰਲਡ ਕਬੱਡੀ ਕੱਪ ਸ਼ੁਰੂ ਹੋਇਆ ਉਦੋਂ ਵੀ ਆਪਣਾ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦਾ ਸਮੁੱਚਾ ਗਰੁੱਪ ਇੱਥੋਂ ਟੀਮਾਂ ਲੈ ਕੇ ਜਾਂਦਾ ਰਿਹਾ, ਅਤੇ ਮਤਲਬ ਮਾਂ ਖੇਡ ਕਬੱਡੀ ਨਾਲ ਇਹਦਾ ਨਾਲ ਜੁੜਿਆ ਪਿਆ ਸਾਡਾ ਪੰਜਾਬੀ ਭਾਈਚਾਰਾ, ਬਿਲਕੁਲ ਠੀਕ ਹੈ, ਅਤੇ ਸਾਰਿਆਂ ਦਾ ਯੋਗਦਾਨ ਆ, ਅਤੇ ਸਾਡਾ ਸਾਰਿਆਂ ਦਾ ਆਪਸ ਵਿੱਚ ਬੜਾ ਪਿਆਰ ਆ, ਬੇਕਰ ਸਪੀਡ ਤੋਂ ਲੈ ਕੇ ਯੂਬਾ ਸਿਟੀ ਤੱਕ ਅਸੀਂ ਕਿਸੇ ਗੁਰੂ ਘਰ ਚਲ ਜਾਈਏ ਸਾਨੂੰ ਆਪਣਾਪਨ ਮਹਿਸੂਸ ਹੁੰਦਾ, ਅਤੇ ਸਭ ਤੋਂ ਵੱਡੀ ਗੱਲ ਉਸ ਮਾਲਕ ਦੀ, ਉਹਦਾ ਸ਼ੁਕਰਾਨਾ ਵੀ ਜਿੱਥੇ ਉਹਨਾਂ ਨੇ ਸਾਨੂੰ ਆਪਸ ਵਿੱਚ ਬੜਾ ਪਿਆਰ ਬਖਸ਼ਿਆ ਅਤੇ ਖੁਸ਼ਹਾਲੀ ਵੀ ਬਖਸ਼ੀ ਜੀ, ਉੱਥੇ ਪੰਜਾਬੀ ਭਾਈਚਾਰੇ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਆ,
उन्होंने हमेशा सानू प्यार दिता, सानू भी इन्ना ही मनो प्यार आ सारिआं दे नाल। मालक इस तरह साढ़े सारे पंजाबी भाईचारे विच प्यार बनाई रखे, सारिआं नू तरक्कियां बख्शे, आने वाले बच्चे जिहड़े आ नवे आ रहे उन्हां नू भी मालक तरक्कियां बख्शे। इन्हां शब्दां नाल प्राइम एशिया दा तुहाडे अमन खटकर जी दा वट्सअप तुहाडा मालक करे, तुसीं भी तुहाडा ये चैनल तरक्कियां दीआं बुलंदियां नू छूवे। इस तरह पंजाब पंजाबीयत दी सेवा करदे रहो। वाहिगुरू जी का खालसा वाहिगुरू जी की फतेह। सो मैनूं उम्मीद है कि अज दा ये प्रोग्राम जिहड़ा तुहाडे लई खास हो निबड़िया होगा, क्योंकि भाईचारक सांझ परिवारक एकता दीआं तंदां होर मजबूत होण। एक फलौर तों नवांशहर नूं जांदी सड़क दे उत्ते वसदे पिंड दे विच्चों अमरीका दे विच आ के हज़ारां एकड़ की खेती करना, बदामां दे बागां दे विच घूमना, ते अज ट्रांसपोर्टर ते रियल स्टेट दे कारोबार दे विच अपना नाम चमकाउणा, एक कारोबारी प्राप्तियां ने। पर सब तो वड्डी प्राप्ति जिहड़ी मैनूं लगदी है कि रब दा शुकराना करदे आ ते परिवार दे विच जिहड़ा इतफाक है, ये दो चीज़ां जिहड़ियां ने बहुत इंपोर्टेंट ने। ते तुहाडे साडे लई जिहड़े असीं नवीं पीढ़ी दे लोक आ, साडे लई इंपोर्टेंट ये आ कि भाई सबर दा पल्ला नहीं छड्डना, प्रक्रिया का एक हिस्सा हर चीज़। सवेरे असी अमीर नहीं हो जाना, सवेरे घरां दे मालक नहीं बन जाना, जे हौली हौली करके मेहनत करते रहांगे, संतुष्टि थोड़ी जी मन दे विच रखांगे, तो फिर सारा कुछ जिहड़ा उपरले पासे नूं हो जूगा। अमरीका की धरती तो, फ्रिजनो की धरती तो, बदामां दे बागां दे इस मिट्टी दे उत्ते खड़ के अज जिहड़ी गलबात तुहानूं कीती आ, तुहाडी कोई भी टिप्पणी होवे तुसीं वधिया पंजाबी भाषा दे विच जिहड़ी परिवार दे विच बैठ के पढ़ी सुनी जा सकण वाली होवे टिप्पणी कर सकदे हो। आने वाले दिनां दे विच असीं प्राइम एशिया टीवी वल्लों लगातार इस इलाके दे विच आउंदे रहांगे, गल्लां बातां करदे रहांगे, ते इधरले पासे निजर भरावां दे नाल तां राबता हुण जिहड़ा लगातार रहूगा। तुसीं कुछ भी चाहुंदे हो, लोक पक्षी कोई भी चीज़ जिहड़ी तुसीं चाहुंदे हो कि इलाकियां दे विच अमरीका च हो रही है, सानूं दस्सो जरूर, असीं प्राइम एशिया टीवी के माध्यम प्रसारित करांगे। सो मैनूं परमजीत सिंह बाठ नूं इत्थों ही दे आ गया, देखते रहना प्राइम एशिया टीवी, तुहाडा अपना तुहाडे लई।